नाम मिले ताजीवान, नानक नाम मिले ताजीवान, 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 तन मन थी वह हरिया, नाम मिले ताजीवान, नाम मिले ताजीवान, नानक नाम मिले ताजीवान, नाम मिले ताजीवान, नाम मिले ताजीवान। वाहे गुरु वाहे गुरु वाहे गुरु वाहे गुरु वाहे गुरु वाहे गुरु वाहे वाहे गुरु वाहे गुरु वाहे गुरु वाहे गुरु हाँ वाहे गुरु। साल विच तीन वस्तु पयो सत संतोख विचारो अमृत नाम ठाकुर का पयो इसका सस आधार जी को खावे जी को पुंजा इसका उद्धार ए वस्त्र तजि न जाय नित नित रख धार तन संसार चरण तरिय सब नानक ग्रंथ सार सलोक महला पंजवा तेरा किता जत नाही मैनो जोग की तोरी मैं निर्गुण यारे को गुण नाय आपे तरस पर होई तरस पया मेरा मत होई सतगुर सज्जन मिलया नानक नाम मिले तां जीवां तन मन की हरिया पौड़ी जिथे तू समरथ जिथे कोई ना उथे तेरे लग अग्नि उदर मार सुन कै जम के दूत नाई तेरे छड़ जाए ओज बिखन असगाह गुरु सब्दी पार पाहे जिन को लगी प्यास अमृत से खाए कलमे हो कुम गुण गोविंद गाए सत्संग कृपा संभाले साहे साहे बिरथा कोई न जाए जी आवे तदा सलोक महला पंजवा अंतर गुरु आराधना जीवा जपुरना निज सतगुरु देखना श्रवणी सुनना गुरना सतगुरु सिद्धि रतिया डर के पैर ठा कहो नानक कृपा करे जिस रोई बात दे जग में तुम काटिया विले एक ही महला पंजवा रखे रखनहार आप बारे गुर की पैरी पार कार स्वार को आप दयाल मन हो नाम सार साधना के संग खोज तार साकत निंदक दुष्ट खिन माहि गदार तिस सा
ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਰਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਧਿਆ ਜਿਸ ਡਿੱਠੈ ਸਭ ਵਿਦਾਏ ਹੋਏ ਸਹਾਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਥਾਈ ਹੁਣਾਂ ਦੀ ਸਹਾਏ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਰਜਾ ਦੀਆਂ ਚਾਲੀਆਂ ਮੁਕਤਿਆ ਹੱਸੀਆਂ ਜੱਸੀਆਂ ਤੱਪੀਆਂ ਜਿੰਨਾ ਗੁਰਮੁਖ ਜਿਨ੍ਹਾਂ ਨੇ ਆਮ ਦਿੱਤਿਆ ਵੰਡ ਸੱਚਾ ਦੇ ਚਲਾਏ ਤੇ ਵਾਹੀ ਦੇ ਸੁਣ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆ ਸਚਾਰੇ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਮੂਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆ ਚੁੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਕਰੋ ਜੀ ਮਤ ਉੱਚੀ ਰੱਖੋ ਮਤ ਪਤ ਕੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਏ ਦਾਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਪੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਨਿਲੱਜਿਆਂ ਦੀ ਲੱਜ ਨਿਤਰਿਆਂ ਦੇ ਧਿਰ ਨੇ ਥਾਵਾਂ ਦੇ ਥਾਵ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਹੋਏ ਗੁਰਬਾਣੀ ਜੀ ਕੇ ਜਾਪ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸੇਵਾ ਲੈਣੀ ਆਪਣੇ ਸਿੱਖ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ ਮਨ ਮਤ ਤੋਂ ਦੂਰ ਰੱਖਣਾ ਗੁਰਮਤ ਦਾ ਪ੍ਰਕਾਸ਼ ਕਰਨਾ ਅੰਗ ਸੰਗ ਸਹਾਈ ਹੋਣਾ ਆਪਣੇ ਚਰਨ ਕਮਲਾਂ ਦੀ ਸਾਚੀ ਪ੍ਰੀਤ ਬਖਸ਼ਣੀ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ ਦਰੋਂ ਪਰੰਬਰ ਸਿੱਖੀ ਜੀਵਨ ਦੀ ਸੋਝੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗਰੀਬ ਵਾਰ ਪਿਤਾ ਜੀਓ ਆਪ ਜੀਆਂ ਦੀ ਮਹਾਨ ਮਹਾਨ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਜੀ ਨਗਰ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਦਾ ਸਤਿਕਾਰ ਜੀ ਨੇ ਮਹਾਨ ਕਿਰਪਾ ਕੀਤੀ ਅੱਜ ਰਾਤਰੀ ਦੇ ਗੁਰਮਤਿ ਸਮਾਗਮਾਂ ਦੀ ਆਰੰਭਤਾ ਵਾਸਤੇ ਸਤਿਗੁਰੂ ਜੀ
ਆਪ ਜੀ ਨੇ ਕਿਰਪਾ ਕਰਨੀ ਸੰਗਤਾਂ ਦੇ ਸੀਸ 'ਤੇ ਹੱਥ ਰੱਖਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਗੁਰਬਾਣੀ ਢਾਡੀ ਵਾਰਾਂ ਅਕਥ ਕਥਾ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਢਾਡੀ ਵਾਰਾਂ ਗ੍ਰਹਿਣ ਕਰਨ ਵਾਲੇ ਗੁਰਸਿੱਖ ਪਿਆਰਿਆਂ 'ਤੇ ਅਕਥ ਕਥਾ ਕਰਨ ਵਾਲੇ ਗੁਰਮੁਖਾਂ ਦੇ ਸਿਰ 'ਤੇ ਆਪ ਸਤਿਗੁਰੂ ਸਾਹਿਬ ਜੀ ਕਿਰਪਾ ਦਾ ਹੱਥ ਰੱਖਦਿਆਂ ਹੋਇਆਂ ਸਤਿਗੁਰੂ ਜੀ ਹੋ ਆਪਣੀ ਵਡਿਆਈ ਆਪ ਕਰਵਾ ਲੈਣੀ, ਸਤਿਗੁਰੂ ਜੀ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਮਨੋ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਅਤੇ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਨਗਰ ਨਿਵਾਸੀਆਂ ਸੰਗਤਾਂ ਨੇ ਸੇਵਾ ਲਈ, ਸਾਰੀਆਂ ਸੰਗਤਾਂ ਦੀ ਕੀਤੀ ਸੇਵਾ ਥਾਂਏ ਪਾਉਣੀ, ਤਿਰਫੁਲ ਭੇਟਾ ਪ੍ਰਵਾਨ ਕਰਨੀ, ਅੱਗੇ ਤੋਂ ਹੋਰ ਇਸੇ ਤਰ੍ਹਾਂ ਉੱਦਮ ਬਲ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਸਮਾਗਮਾਂ ਦੀ ਬਖਸ਼ਿਸ਼ ਕਰਦੇ ਰਹਿਣਾ। ਕਰੋ ਕਿਰਪਾ, ਆਪ ਜੀ ਕਿਰਪਾ ਕਰੋ, ਪਵਿੱਤਰ ਇਲਾਹੀ ਹੁਕਮਨਾਮੇ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇਵ ਪਿਆਰੇ ਮਿਲੋ ਜਿੰਨਾ ਮਿਲਿਆ ਆਪ ਜੀਆਂ ਦਾ ਪਵਿੱਤਰ ਪਿਆਰਾ ਨਾਮ ਸਤਨਾਮ। ਵਾਹਿਗੁਰੂ ਚੇਤਾਵੈ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭਨਾ ਦਾਵੇ ਸਾ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਣ ਸਗਲ ਪਹਿਲਾ ਥੇ, ਦੁੱਖ ਬਿਨਸੇ ਸੁਖ ਪਾਇਆ, ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਪ੍ਰਭ ਕੀ ਸਰਣ ਸਗਲ ਪਹਿਲਾ ਥੇ, ਦੁੱਖ ਦਿਨ ਸੇ ਸੁਖ ਪਾਇਆ, ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਉ ਰੰਗ ਰਤਾ, ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਗਨਾਸੀ, ਤਾਂ ਕੋ ਬਿਣ ਨਾ ਤੂੰ ਲਾਗੈ, ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਬਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਬੁਝਾਏ, ਨਾਨਕ ਦਾਸ ਤਾਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਬੁਝਾਈ, ਨਾਨਕ ਦਾਸ ਤਾਕੈ ਬਲਿਹਾਰੈ, ਜਿਨ ਪੂਰਨ ਪੈਰ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh, my God.
Thank you.
Thank you.
ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਕਾਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਨਿਰੰਕਾਰੀ ਰੂਹ ਜੋ ਕਿ ਸਾਨੂੰ ਤਾਰਨ ਦੇ ਲਈ ਸਾਨੂੰ ਸੋਝੀ ਦੇਣ ਲਈ ਇਸ ਲੋਕ ਦੇ ਉੱਤੇ ਆਏ ਨੇ ਆਓ ਸਾਰੇ ਫਤਿਹ ਬਣਾਈਏ ਉਹਨਾਂ ਦੇ ਚਰਨਾਂ ਦੇ ਵਿੱਚ ਅਤੇ ਗੁਰਦੁਆਰਾ ਬ੍ਰਹਮ ਨੇਗਾ ਚੌਕ ਬ੍ਰਹਮ ਗਿਆਨ ਯੂਨੀਵਰਸਿਟੀ ਮੋਗਾ ਦੇ ਢੱਡ ਜਿੱਥੇ ਦੀ ਲੋਕ ਹਾਜ਼ਰੀ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਆਪਣਾ ਸਾਰਿਆਂ ਦੇ ਉੱਤੇ ਆਪਣੇ ਕੰਮਾਂ ਨੂੰ ਸੰਕੋਚ ਕੇ ਬੰਧਨਾਂ ਨੂੰ ਕੱਟ ਕੇ ਆਪਾਂ ਸੰਗਤ ਦੇ ਰੂਪ ਵਿੱਚ ਆ ਕੇ ਜੁੜ ਬੈਠੇ ਕਿ ਸ਼ਿਕਸ਼ਾ ਲਈ ਜਾਵੇ ਉਹ ਰਾਹ ਪੁੱਛਿਆ ਜਾਵੇ ਸਤਿਗੁਰ ਪਾਸੋਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਅਸੀਂ ਆਪਣੇ ਬੰਧਨਾਂ ਨੂੰ ਅਸੀਂ ਆਪਣੇ ਦੁੱਖਾਂ ਨੂੰ ਖਤਮ ਕਰ ਸਕਦੇ ਹਾਂ ਅਤੇ ਮਾਲਕ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਲਿਆ ਕੇ ਸੱਚੀ ਸੰਗਤ ਦੇ ਵਿੱਚ ਬਿਠਾ ਦਿੱਤਾ ਹੈ ਆਪਾਂ ਨੂੰ ਪਹਿਚਾਣ ਹੋਣੀ ਬੜੀ ਜ਼ਰੂਰੀ ਹੈ ਕਿ ਸੱਚੀ ਸੰਗਤ ਕਿਸ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ ਕੇਵਲ ਅਤੇ ਕੇਵਲ ਇੱਕ ਨਾਮ ਦੀ ਗੱਲ ਕੀਤੀ ਜਾਵੇ ਉਸ ਨਿਰੰਕਾਰ ਦੀ ਉਸਤਤ ਕੀਤੀ ਜਾਵੇ ਉਸ ਨੂੰ ਕਿਹਾ ਗਿਆ ਸੱਚੀ ਸੰਗਤ ਅਤੇ ਬਹੁਤ ਹੀ ਵੱਡੇ ਭਾਗ ਨੇ ਐਸੇ ਗੁਰੂ ਨਿਰੰਕਾਰੀ ਰੂਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਆਉਣ ਤੋਂ ਪਹਿਲਾਂ ਇਸ ਲੋਕ ਦੇ ਉੱਤੇ ਅਗਿਆਨਤਾ ਦਾ ਹਨੇਰਾ ਸੀ ਜੀਵ ਆਪੋ ਆਪਣੀ ਮਤ ਦੇ ਅਨੁਸਾਰ ਭਗਤੀ ਕਰਦੇ ਕੋਈ ਕਿਸੇ ਤਰੀਕੇ ਦੇ ਨਾਲ ਮਾਲਕ ਨੂੰ ਮਿਲਣ ਦਾ ਯਤਨ ਕਰ ਰਿਹਾ ਸੀ ਦੁਬਿਧਾ ਦੇ ਵਿੱਚ ਈਰਖਾ ਦੇ ਵਿੱਚ ਜਿਹਨੇ ਕੋਈ ਮੁਸਲਮਾਨੀ ਪਹਿਰਾਵਾ ਪਹਿਨ ਲਿਆ ਉਹਨੂੰ ਮੁਸਲਮਾਨ ਕਹਿਣ ਲੱਗ ਪਏ ਜਿਸਨੇ ਜਨੇਊ ਪਹਿਨ ਲਿਆ ਉਸਨੂੰ ਹਿੰਦੂ ਕਹਿਣ ਲੱਗ ਪਏ ਕਿਸੇ ਨੂੰ ਈਸਾਈ ਕਹਿਣ ਲੱਗ ਪਏ ਇਸ ਤਰੀਕੇ ਦੇ ਨਾਲ ਜਿਹੜਾ ਇਸ ਦੇ ਅੰਦਰ ਵੱਸਦਾ ਸੀ ਕਾਇਆ ਦੇ ਅੰਦਰ ਉਸਦੀ ਪਹਿਚਾਣ ਆ ਰਹੀ ਅਤੇ ਮਾਲਕ ਨੇ ਕਿਰਪਾ ਕੀਤੀ ਉਸ ਜੋਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਇਸ ਲੋਕ ਦੇ ਉੱਤੇ ਅਗਿਆਨਤਾ ਦਾ ਹਨੇਰਾ ਪਾਸੇ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਦੇ ਲਈ ਇਸ ਲੋਕ ਦੇ ਉੱਤੇ ਭੇਜਿਆ ਆਪਾਂ ਨੂੰ ਸਮਝਾਉਣ ਵਾਸਤੇ ਭੇਜਿਆ ਕਿ ਇਹ ਇੱਕ ਖੇਡ ਚੱਲ ਰਿਹਾ ਹੈ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਦਿਵਸ ਰਾਤ ਤੋਂ ਦਾਈ ਦਾਇਆ ਖੇਡੈ ਸਗਲ ਜਗਤ ਉਹ ਕਹਿੰਦੇ ਇਹ ਖੇਡ ਚੱਲ ਰਿਹਾ ਹੈ ਤੁਸੀਂ ਭਰਮ ਦੇ ਵਿੱਚ ਨਾ ਪਾਓ ਅਤੇ ਜਿਹੜਾ ਖੇਡ ਹੁੰਦਾ ਹੈ ਉਸਦੇ ਕੁਛ ਰੂਲ ਹੁੰਦੇ ਨੇ ਕੁਛ ਰੈਗੂਲੇਸ਼ਨ ਹੁੰਦੇ ਨੇ ਉਹਦੇ ਵਿੱਚ ਇੱਕ ਪਾਸੇ ਖਿਡਾਰੀ ਹੁੰਦਾ ਹੈ ਦੂਜੇ ਪਾਸੇ ਇੱਕ ਟੀਮ ਹੁੰਦੀ ਹੈ ਜੇ ਆਪਾਂ ਨੂੰ ਉਸ ਖੇਡ ਦਾ ਨਹੀਂ ਪਤਾ ਜਦਕਿ ਆਪਾਂ ਰੋਜ਼ ਇਸ ਖੇਡ ਦੇ ਵਿੱਚ ਖੇਡਣ ਵਾਸਤੇ ਆਉਂਦੇ ਹਾਂ ਉਸ ਖੇਡ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰਕਾਸ਼ ਲਿਆ ਹੈ ਸ਼੍ਰੀ ਨਨਕਾਣਾ ਸਾਹਿਬ ਮਹਿਤਾ ਕਿਰਨ ਦਾਸ ਜੀ ਦੇ ਘਰੇ ਅਤੇ ਮਾਤਾ ਤ੍ਰਿਪਤਾ ਜੀ ਦੀ ਅਤੇ ਆਪਾਂ ਨੂੰ ਸਮਝਾਉਂਦੇ ਨੇ ਕਿ ਇੱਕ ਖੇਡ ਚੱਲ ਰਿਹਾ ਹੈ ਤੁਸੀਂ ਖੇਡ ਨੂੰ ਸਮਝੋ ਇਹ ਤੁਹਾਡੀ ਆਪਣੀ ਕਹਾਣੀ ਹੈ ਜੇ ਤੁਸੀਂ ਆਪਣੇ ਆਪ ਦੀ ਪਹਿਚਾਣ ਨਾ ਕੀਤੀ ਤੁਸੀਂ ਆਪਣੇ ਮਨ ਦਾ ਭੇਦ ਨਾ ਲਿਆ ਇਸ ਕਾਇਆ ਦੇ ਅੰਦਰ ਕੌਣ ਵੱਸਦਾ ਹੈ ਉਸਦਾ ਭੇਦ ਨਾ ਲਿਆ ਤੇ ਤੁਸੀਂ ਜੀਵਨ ਦੀ ਬਾਜ਼ੀ ਹਾਰ ਜਾਓਗੇ ਉੱਦਾਂ ਆਪਾਂ ਇਤਿਹਾਸ ਸੁਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਖੋ ਵੱਖਰੀਆਂ ਉਦਾਸੀਆਂ ਕਰਕੇ ਗੁਰੂ ਸਾਹਿਬ ਨੇ ਜਾ ਕੇ ਵੱਖੋ ਵੱਖਰੇ ਅਗਿਆਨਤਾ ਵੱਸ ਜੀਵਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇੱਕ ਹੀ ਉਪਦੇਸ਼ ਦਿੱਤਾ ਸਾਰਿਆਂ ਨੂੰ ਸਾਂਝਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਮਾਲਕ ਤੋਂ ਵਿਛੜੇ ਹਾਂ ਅਤੇ ਕਿਸ ਤਰੀਕੇ ਦੇ ਨਾਲ ਆਪਾਂ ਹੁਣ ਮਾਲਕ ਨੂੰ ਮਿਲਣਾ ਹੈ ਜਿਹੜਾ ਆਪਣੇ ਸਾਹਮਣੇ ਹੈ ਸਵਾਸ ਦੇ ਕੇ ਆਪਾਂ ਨੂੰ ਜ਼ਿੰਦਾ ਰੱਖ ਰਿਹਾ ਹੈ ਪਾਉਣ ਦੇ ਕੇ ਆਪਾਂ ਨੂੰ ਜ਼ਿੰਦਾ ਰੱਖ ਰਿਹਾ ਹੈ ਆਪਾਂ ਰੋਜ਼ ਰੋਜ਼ ਇਸ ਖੇਡ ਦੇ ਵਿੱਚ ਆਉਂਦੇ ਹਾਂ ਖੇਡ ਖੇਡਦੇ ਹਾਂ ਅਤੇ ਖੇਡ ਕੇ ਵਾਪਸ ਚਲੇ ਜਾਂਦੇ ਹਾਂ ਆਪਣੇ ਘਰ ਰਾਤ ਵੇਲੇ ਪਰ ਅਗਿਆਨਤਾ ਦੇ ਵਿੱਚ ਆਪਾਂ ਇੰਨਾ ਮਾਇਆ ਦੇ ਨਾਲ ਰੁੱਝ ਗਏ ਹਾਂ ਕਿ ਆਪਾਂ ਆਪਣੇ ਭੇਦ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਹੈ ਕੌਣ ਹਾਂ ਇਸ ਕਾਇਆ ਦੇ ਅੰਦਰ ਕਿਹੜੀ ਜੋਤ ਵੱਸਦੀ ਹੈ ਇਸ ਕਾਇਆ ਅੰਦਰ ਕੌਣ ਬੋਲਦਾ ਹੈ ਕੌਣ ਸੁਣਦਾ ਹੈ ਕੌਣ ਵੇਖਦਾ ਹੈ ਅਤੇ ਸੌਣ ਤੋਂ ਬਾਅਦ ਜਦੋਂ ਦੇਹ ਖਾਲੀ ਕਰਕੇ ਜੋਤ ਇਸ ਤੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਪਾਉਣ ਆ ਰਹੀ ਹੁੰਦੀ ਹੈ
ਪਰ ਜਿਹੜਾ ਬੋਲਣ ਵਾਲਾ ਹੈ, ਦੇਖਣ ਵਾਲਾ ਹੈ, ਉਹ ਇਸ ਤੋਂ ਕਿੱਥੇ ਚਲਿਆ ਗਿਆ, ਇਸ ਗੱਲ ਦਾ ਆਪਾਂ ਨੂੰ ਭੇਦ ਨਹੀਂ ਰਹਿੰਦਾ। ਇਹੀ ਸਾਰੀ ਕਹਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ 1430 ਅੰਗਾਂ ਵਿੱਚ ਆਪਾਂ ਨੂੰ ਸਮਝਾਈ ਗਈ ਹੈ ਕਿ ਤੁਸੀਂ ਆਪਣੇ ਆਪ ਦੀ ਪਹਿਚਾਣ ਕਰੋ, ਤੁਸੀਂ ਮਨ ਸਰੂਪ ਹੋ, ਉਸ ਮਾਲਕ ਦੀ ਜੋਤ ਹੋ, ਉਸ ਮਾਲਕ ਦੇ ਬੱਚੇ ਹੋ। ਜੇ ਤੁਸੀਂ ਆਪਣੇ ਆਪ ਦੀ ਪਹਿਚਾਣ ਨਹੀਂ ਕਰਦੇ, ਤੁਸੀਂ ਅੰਧ ਅਗਿਆਨੀ ਜੀ। ਇਸ ਲੋਕ ਦੇ ਵਿੱਚ ਆਪਾਂ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਹਾਂ, ਲੇਕਿਨ ਗੁਰਬਾਣੀ ਅਨੁਸਾਰ ਆਪਾਂ ਮੂਰਖ ਹਾਂ। ਤੇ ਜੇ ਗੁਰਬਾਣੀ ਵੀ ਪੜ੍ਹਦੇ ਹਾਂ ਤੇ ਤਰੇ ਗੁਣਾਂ ਦੇ ਵਿੱਚ ਪੜ੍ਹਦੇ ਹਾਂ, ਖੋਜ ਨਹੀਂ ਕਰਦੇ, ਕਿਉਂਕਿ ਗੁਰਬਾਣੀ ਆ ਖੋਜਣ ਦਾ ਵਿਸ਼ਾ, ਜਿਸ ਨੂੰ ਪੜ੍ਹ ਕੇ ਪਤਾ ਲੱਗਣਾ ਕਿ ਅਸੀਂ ਕੌਣ ਆ ਤੇ ਕਿੱਥੋਂ ਆਏ ਹਾਂ। ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇੱਕ ਖੇਡ ਚੱਲ ਰਿਹਾ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਦਿਨ ਤੇ ਰਾਤ ਦਾ ਖੇਡ ਹੈ, ਜਿਹੜੇ ਇਹ ਸਰੀਰ ਆਪਾਂ ਦੇਖ ਰਹੇ ਹਾਂ ਇਸ ਨੂੰ ਕਹਿ ਦਿੱਤਾ ਗਰਾਊਂਡ, ਜਿਸ ਨੂੰ ਧਰਤੀ ਕਹਿ ਦਿੱਤਾ ਗਿਆ ਹੈ, ਪਿੰਡ ਕਹਿ ਦਿੱਤਾ ਗਿਆ ਹੈ, ਦੇਸ਼ ਕਹਿ ਦਿੱਤਾ ਗਿਆ ਹੈ, ਕਿਲਾ ਕਹਿ ਦਿੱਤਾ ਗਿਆ ਹੈ, ਜਿਸ ਨੂੰ ਆਪਾਂ ਸਰੀਰ ਕਹਿੰਦੇ ਹਾਂ। ਇਸ ਦੇ ਵਿੱਚ ਵਸਣ ਵਾਲਾ ਹੈ ਮਨ, ਜਿਹੜਾ ਕਿ ਰੋਜ਼ ਸੁਬਹ ਵੇਲੇ ਇਸ ਦੇ ਵਿੱਚ ਖੇਡ ਖੇਡਣ ਵਾਸਤੇ ਆਉਂਦਾ ਹੈ। ਤੇ ਆਪਾਂ ਨੂੰ ਇਹ ਗਿਆਨ ਨਹੀਂ ਰਿਹਾ ਕਿ ਕਿੱਦਾਂ ਅਸੀਂ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਰਾਤ ਵੇਲੇ ਕਿੱਦਾਂ ਇਹ ਸਰੀਰ ਨੂੰ ਛੱਡ ਕੇ ਪਾਸੇ ਹੋ ਜਾਂਦੇ ਹਾਂ। ਇਸ ਕਰਕੇ ਆਪਾਂ ਨੂੰ ਗੁਰਬਾਣੀ ਸਮਝਾਉਂਦੇ ਨੇ ਕਿ ਤੁਸੀਂ ਆਪਣੇ ਆਪ ਦਾ ਭੇਦ ਲਓ, ਗੁਰਬਾਣੀ ਨੂੰ ਪੜ੍ਹੋ, ਖੋਜ ਕੇ ਪੜ੍ਹੋ, ਜੇ ਆਪ ਨਹੀਂ ਪਤਾ ਲੱਗਦਾ ਤੇ ਜਾ ਕੇ ਪੁੱਛ ਲਓ। ਜਿਨ੍ਹਾਂ ਨੇ ਮਿਲਾਪ ਕੀਤਾ ਹੈ, ਜਿਨ੍ਹਾਂ ਨੇ ਇਸ ਕਾਇਆ ਦੀ ਖੋਜ ਕੀਤੀ ਹੈ, ਉਹਨਾਂ ਨੂੰ ਜਾ ਕੇ ਪੁੱਛ ਲਓ, ਉਹ ਤੁਹਾਨੂੰ ਰਾਹ ਦੱਸ ਦੇਣਗੇ ਕਿਸ ਤਰੀਕੇ ਦੇ ਨਾਲ ਆਪਾਂ ਇਸ ਸਰੀਰ ਦੇ ਵਿੱਚ ਆਉਂਦੇ ਹਾਂ ਤੇ ਕਿੱਦਾਂ ਇਹਤੋਂ ਬਾਹਰ ਜਾਂਦੇ ਹਾਂ। ਕਿਉਂਕਿ ਜਿਹਦਾ ਸਾਰੀ ਜ਼ਿੰਦਗੀ ਆਪਾਂ ਆਪਣੇ ਉਸ ਘਰ ਦੀ ਪਹਿਚਾਣ ਕੀਤੀ ਹੈ ਜਿਸ ਨੂੰ ਗੁਰਬਾਣੀ ਦੇ ਵਿੱਚ ਥਿਰ ਘਰ, ਨਿਜ ਘਰ, ਦਸਵਾਂ ਦੁਆਰ, ਸੂਖ ਮਹਿਲ, ਦਸਵਾਂ ਆਕਾਸ਼ ਕਹਿ ਦਿੱਤਾ ਗਿਆ ਹੈ, ਤੇ ਫਿਰ ਤਾਂ ਆਪਾਂ ਗੁਰਮੁਖ ਹਾਂ, ਨਹੀਂ ਤਾਂ ਆਪਾਂ ਮਨਮੁਖ ਹਾਂ। ਤੇ ਮਨਮੁਖਾਂ ਦਾ ਜਿਹੜਾ ਆਪਾਂ ਨੂੰ ਗਿਆਨ ਦਿੱਤਾ ਹੈ, ਜਿਹੜਾ ਆਪਾਂ ਨੂੰ ਸਮਝਾਇਆ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਉਹਦੇ ਉੱਤੇ ਆਪਾਂ ਵਿਚਾਰ ਕਰਾਂਗੇ। ਪਰ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਹਾਰਾਜ ਜੀ ਨੇ ਆਪਾਂ ਨੂੰ ਸਮਝਾਇਆ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਇਸ ਖੇਡ ਨੂੰ ਖੇਡਣਾ ਹੈ ਉਹ ਤੁਸੀਂ ਸਿੱਖ ਲਵੋ। ਤੁਸੀਂ ਅਗਿਆਨੀ ਨਾ ਬਣੋ, ਮੂਰਖ ਨਾ ਬਣੋ, ਸਿਆਣੇ ਬਣੋ, ਖੇਡ ਨੂੰ ਸਿੱਖੋ, ਆਪਣੀ ਮਰਜ਼ੀ ਦੇ ਨਾਲ ਇਸ ਦੇਹ ਦੇ ਵਿੱਚ ਆਓ ਤੇ ਖੇਡ ਸਮਾਪਤ ਕਰਕੇ ਆਪਣੇ ਘਰ ਚਲੇ ਜਾਓ। ਹੁਣ ਆਪਾਂ ਸਾਰਿਆਂ ਨੇ ਇਹ ਖੇਡ ਨੂੰ ਸਮਝਣਾ ਹੈ ਵਿਸਥਾਰ ਤੋਂ ਕਿ ਆਪਣੀ ਕਹਾਣੀ ਹੈ, ਕਿਸੇ ਹੋਰ ਦੀ ਕਹਾਣੀ ਨਹੀਂ, ਆਪਣੇ ਮਨ ਦੀ ਕਹਾਣੀ ਹੈ, ਸਾਡੀ ਕਹਾਣੀ ਹੈ। ਸਭ ਤੋਂ ਪਹਿਲਾਂ ਗਰਾਊਂਡ ਤਿਆਰ ਕੀਤੀ ਗਈ ਹੈ ਇਹ ਸਰੀਰ, ਇਸ ਦੇ ਵਿੱਚ ਖੇਡਣ ਵਾਲਾ ਮਨ ਜਿਸਨੂੰ ਖਿਡਾਰੀ ਕਹਿ ਦਿੱਤਾ ਗਿਆ ਹੈ, ਤੇ ਦੂਜੇ ਪਾਸੇ ਵਿਰੋਧੀ ਟੀਮ ਆ ਸਾਹਮਣੇ ਆਪਣੇ, ਉਹਨੇ ਇਹ ਪੰਜ ਚੋਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਇਹਨਾਂ ਪੰਜਾਂ ਦੀ ਡਿਊਟੀ ਲਾਈਏ ਕਿ ਤੂੰ ਮੇਰੇ ਮਨ ਬੱਚੇ ਨੂੰ ਮੇਰੇ ਤੱਕ ਪਹੁੰਚਣ ਦੇਣਾ, ਇਹਨਾਂ ਨੌਵਾਂ ਦਰਾਂ ਦੇ ਵਿੱਚ ਵਿੱਚ ਰੱਖਣਾ ਹੈ ਸਾਰੀ ਜ਼ਿੰਦਗੀ, ਤੇ ਜਿਹੜਾ ਦਸਵਾਂ ਇਹਦੇ ਆਵਾਸੇ ਘਰ ਬਣਾਇਆ ਗਿਆ ਹੈ ਉੱਥੇ ਤੱਕ ਪਹੁੰਚਣ ਦੇਣਾ। ਤੇ ਹੁਣ ਮਨ ਬੱਚੇ ਨੂੰ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਲਗਾਤਾਰ ਟ੍ਰੇਨਿੰਗ ਦਿੱਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ, ਜਿੱਦਾਂ ਤੂੰ ਇੱਥੇ ਮੇਰੇ ਨਾਲ ਲਿਵ ਜੋੜ ਕੇ ਰੱਖੀਏ, ਜੇ ਸੰਸਾਰ ਦੇ ਵਿੱਚ ਜਾ ਕੇ ਮੇਰੇ ਨਾਲ ਨਾਮ ਦੇ ਨਾਲ ਜੇ ਲਿਵ ਜੋੜ ਕੇ ਰੱਖੇਗਾ, ਤੈਨੂੰ ਇਹਨਾਂ ਦਾ ਦੁੱਖ ਨਹੀਂ ਲੱਗੇਗਾ, ਸੰਸਿਆ ਦਾ ਦੁੱਖ ਨਹੀਂ ਲੱਗੇਗਾ, ਵਿਚਾਰਾਂ ਦਾ ਦੁੱਖ ਨਹੀਂ ਲੱਗੇਗਾ। ਪਰ ਇੱਥੇ ਆ ਕੇ ਇਹਨਾਂ ਪੰਜਾਂ ਨੇ ਆਪਾਂ ਨੂੰ ਐਸਾ ਭੁਲਾਇਆ ਹੈ ਕਿ ਆਪਾਂ ਆਪਣੇ ਮਨ ਦੀ ਕਹਾਣੀ ਭੁੱਲ ਗਏ ਹਾਂ, ਆਪਣੇ ਆਪ ਦਾ ਸਰੀਰ ਭੁੱਲ ਗਏ ਹਾਂ, ਆਪਣੇ ਆਪ ਦਾ ਘਰ ਭੁੱਲ ਗਏ ਹਾਂ, ਆਪਣੇ ਜਿਹੜਾ ਭੋਜਨ ਆ ਉਹ ਭੁੱਲ ਗਏ ਹਾਂ, ਕੀ ਮਨ ਨੇ ਪਹਿਨਣਾ ਉਹ ਭੁੱਲ ਗਏ ਹਾਂ, ਮਨ ਦਾ ਘਰ ਕੀ ਹੈ ਭੁੱਲ ਗਏ ਹਾਂ। ਹੁਣ ਦ੍ਰਿਸ਼ਟਮਾਨ ਦੇ ਵਿੱਚ ਜੇ ਕਿਸੇ ਆਪਾਂ ਜੀਵ ਨੂੰ ਪੁੱਛੀਏ ਤੁਹਾਡਾ ਘਰ ਕਿਹੜਾ ਹੈ, ਜੇ ਉਹ ਕਹੇ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਭੁੱਲ ਗਿਆ, ਉਹਨੂੰ ਪੁੱਛੇ ਤੁਹਾਡੀ ਖੁਰਾਕ ਕੀ ਹੈ, ਉਹਨੂੰ ਕਹੇ ਮੈਨੂੰ ਕੁਛ ਨਹੀਂ ਪਤਾ ਮੈਂ ਭੁੱਲ ਗਿਆ ਹੈ, ਆਪਾਂ ਉਹਨੂੰ ਮੂਰਖ ਗਿਣਦੇ ਹਾਂ। ਕੇਸ ਨੂੰ ਆਪਣੇ ਆਪ ਦਾ ਨਹੀਂ ਪਤਾ, ਆਪਣੇ ਮਾਤਾ ਪਿਤਾ ਦਾ ਨਹੀਂ ਪਤਾ, ਆਪਣੀ ਖੁਰਾਕ ਦਾ ਨਹੀਂ ਪਤਾ, ਆਪਣੇ ਘਰ ਨਹੀਂ ਆਉਂਦਾ ਜਾਂਦਾ, ਉਸ ਨੂੰ ਆਪਾਂ ਕਮਲਾ ਕਹਿ ਦਿੰਦੇ ਹਾਂ। ਇਸੇ ਕਰਕੇ ਨਾਮ ਨੂੰ ਭੁੱਲਣ ਕਰਕੇ ਸਾਨੂੰ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਗਿਆ ਹੈ, ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਗਰੀ ਹੈ। ਕਹਿੰਦੇ ਨਾਮ ਤੋਂ ਬਗੈਰ ਜਿਹੜਾ ਕਿ ਸਾਡੇ ਮਨ ਦੀ ਖੁਰਾਕ ਸੀ, ਜਿਹੜੀ ਉਹ ਦਸਵੇਂ ਦੁਆਰ ਦੇ ਵਿੱਚ ਰੱਖੀ ਆ,
ਖੂਹ ਭਰ ਕੇ ਆਪਣੇ ਵਾਸਤੇ ਅੰਮ੍ਰਿਤ ਦਾ ਰੱਖਿਆ ਦੱਸੇ ਦੁਆਰ ਦੇ ਵਿੱਚ ਇਸ ਮਨ ਦੀ ਖੁਰਾਕ ਜਦੋਂ ਤੱਕ ਆਪਾਂ ਨਹੀਂ ਲੈਂਦੇ ਉਦੋਂ ਤੱਕ ਆਪਾਂ ਨੂੰ ਕਮਲਾ ਕਿਹਾ ਗਿਆ ਹੈ। ਹੁਣ ਪੰਜਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਇਹਨਾਂ ਨੂੰ ਵਿਚਾਰਾਂ ਦੇ ਵਿੱਚ ਰੱਖਣਾ ਹੈ, ਇਸ ਮਨ ਨੂੰ ਤੁਸੀਂ ਵਿਚਾਰਾਂ ਦਾ ਜ਼ਹਿਰ ਦੇਣਾ ਹੈ, ਜਿਹੜਾ ਕਿ ਆਪਾਂ ਸਾਰੀ ਦਿਹਾੜੀ ਲੈਂਦੇ ਹਾਂ ਰਜੋ ਗੁਣ ਤੇ, ਸਤੋ ਗੁਣ ਤੇ, ਤਮੋ ਗੁਣ ਤੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਸੰਸੇ ਫਿਕਰ, ਕਿਉਂਕਿ ਆਪਾਂ ਬੰਧਨਾਂ ਦੇ ਵਿੱਚ ਵੱਧ ਚੁੱਕੇ ਹਾਂ। ਸਭ ਤੋਂ ਪਹਿਲਾਂ ਤਾਂ ਭੁਲੇਖੇ ਦੇ ਵਿੱਚ ਆ ਕੇ ਇਹ ਸਰੀਰ ਨੂੰ ਆਪਣਾ ਸਮਝ ਲਿਆ ਹੈ ਕਿ ਇਹ ਮੇਰਾ ਸਰੀਰ ਹੈ। ਦੂਜੇ ਨੰਬਰ 'ਤੇ ਆਪਣੇ ਮਾਤਾ ਪਿਤਾ ਆਪਣੇ ਸਮਝ ਲਏ ਨੇ, ਭੈਣ ਭਰਾ ਆਪਣੇ ਸਮਝ ਲਏ ਨੇ, ਇਹ ਸਾਡੇ ਨੇ। ਜਦਕਿ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਜਿੰਨਾ ਇਹ ਦ੍ਰਿਸ਼ਟਮਾਨ ਦੇਖਣ ਵਾਲਾ ਹੈ ਇੱਕ ਦਿਨ ਨਾਸ ਹੋ ਜਾਣਾ ਹੈ, ਤੁਹਾਡੇ ਨਾਲ ਕਿਸੇ ਦਿਨ ਹੀ ਜਾਣਾ, ਪਰ ਮਨ ਭੁਲੇਖੇ ਦੇ ਵਿੱਚ ਭਰਮ ਦੇ ਵਿੱਚ ਇਹਨਾਂ ਨੂੰ ਆਪਣਾ ਸਮਝ ਹੀ ਬੈਠਾ ਹੈ। ਕਿਉਂਕਿ ਡਿਊਟੀ ਸੀ ਮਾਤਾ ਦੀ, ਸਭ ਤੋਂ ਪਹਿਲਾਂ ਗੁਰੂ ਹੈ ਮਾਤਾ, ਜੇ ਉਹ ਬ੍ਰਹਮ ਦਾ ਗਿਆਨ ਰੱਖਦੀ ਹੈ ਤਾਂ ਉਹ ਆਪਣੇ ਬੱਚੇ ਨੂੰ ਸਮਝਾਏਗੀ, ਉਸ ਦੀ ਲਿਵ ਉਸ ਨਾਮ ਦੇ ਨਾਲ ਜੋੜ ਕੇ ਰੱਖੇਗੀ, ਉਸ ਨੂੰ ਗੁਰਮੰਤਰ ਦਾ ਅਭਿਆਸ ਕਰਾਏਗੀ ਅਤੇ ਦੁਬਦਾ ਨਹੀਂ ਸਿਖਾਵੇਗੀ। ਪਰ ਹੁਣ ਹੋਇਆ ਇਹ ਤੋਂ ਉਲਟ, ਤ੍ਰੈ ਗੁਣਾਂ ਦੇ ਵਿੱਚ ਰਹਿਣ ਕਰਕੇ ਆਪਾਂ ਆਪਣੇ ਬੱਚੇ ਨੂੰ ਦੁਬਦਾ ਸਿਖਾ ਦਿੰਦੇ ਹਾਂ ਕਿ ਦੂਜੇ ਤੋਂ ਆਹ ਲੈ ਕੇ ਨਹੀਂ ਖਾਣਾ, ਉਹ ਚੰਗਾ ਹੈ ਉਹ ਬੁਰਾ ਹੈ। ਜਦੋਂ ਇਹ ਆਪਾਂ ਉਹਨੂੰ ਬਚਪਨ ਤੋਂ ਹੀ ਸਿਖਾ ਦਿੰਦੇ ਹਾਂ ਤਾਂ ਫਿਰ ਉਹ ਇਸੇ ਪੱਟੀ ਦੇ ਉੱਤੇ ਚੱਲਦਾ ਹੈ ਸਾਰੀ ਜ਼ਿੰਦਗੀ। ਦੂਜੇ ਨੰਬਰ 'ਤੇ ਆਪਣਾ ਗੁਰੂ ਹੈ ਪਿਤਾ, ਜਿਸਨੇ ਆਪਾਂ ਨੂੰ ਕਰਮ ਦੀ ਜਾਣਕਾਰੀ ਦੇਣੀ ਹੈ ਕਿ ਕਰਮ ਕਿੱਦਾਂ ਕਰਨਾ ਹੈ। ਜਿਹੜਾ ਗੁਰਮੁਖ ਪਰਿਵਾਰ ਹੈ ਉਸਦਾ ਪਿਤਾ ਜਾਣਕਾਰੀ ਦੇਵੇਗਾ ਕਿ ਤੂੰ ਕਰਮ ਦੇ ਨਾਲ ਨਾਲ ਧਰਮ ਦ੍ਰਿੜ ਕਰਨਾ ਹੈ, ਨਾਲ ਨਾਲ ਸ਼ਬਦ ਦਾ ਅਭਿਆਸ ਜਾਰੀ ਰੱਖਣਾ ਹੈ। ਉੱਥੇ ਵੀ ਆਪਾਂ ਮਾਰ ਖਾ ਗਏ। ਪਿਤਾ ਨੇ ਇਕੱਲਾ ਕਰਮ ਕਰਨਾ ਸਿਖਾ ਦਿੱਤਾ ਕਿ ਵੱਧ ਤੋਂ ਵੱਧ ਕਰਮ ਦੇ ਨਾਲ ਜੁੜਨਾ ਹੈ, ਵੱਧ ਤੋਂ ਵੱਧ ਕਰਮ ਕਰਨਾ ਹੈ, ਤਾਂ ਹੀ ਤੂੰ ਇਸ ਲੋਕ 'ਤੇ ਰਹੇਗਾ, ਤਾਂ ਹੀ ਤੇਰਾ ਪਰਿਵਾਰ ਪਲ ਸਕੇਗਾ। ਇਹ ਭੁੱਲ ਗਏ ਕਿ ਮਾਲਕ ਸਾਨੂੰ ਇੱਥੇ ਭੇਜਣ ਵਾਲਾ ਉਹ ਸਾਨੂੰ ਸਾਰਿਆਂ ਨੂੰ ਆਪ ਪਾਲਦਾ ਹੈ, ਕਿਉਂਕਿ ਅਸੀਂ ਸਾਰੇ ਉਹਦੇ ਬੱਚੇ ਹਾਂ। ਤੀਜੇ ਨੰਬਰ 'ਤੇ ਗੁਰੂ ਹੈ ਜਿਹੜਾ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਹਾਂ, ਜਿਹਨੂੰ ਆਪਾਂ ਟੀਚਰ ਕਹਿੰਦੇ ਹਾਂ। ਉਸਨੇ ਆਪਾਂ ਨੂੰ ਤ੍ਰੈ ਗੁਣਾਂ ਦੀ ਜਿਹੜੀ ਸੂਝੀ ਹੈ ਉਹ ਦੇਣੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਲੋਕ ਦੇ ਵਿੱਚ ਵਧੀਆ ਆਪਾਂ ਖਾ ਸਕਦੇ ਹਾਂ, ਵਧੀਆ ਪਹਿਨ ਸਕਦੇ ਹਾਂ, ਕਿੱਦਾਂ ਵਧੀਆ ਰਹਿ ਸਕਦੇ ਹਾਂ, ਇਸ ਚੀਜ਼ ਦਾ ਉਹਨੇ ਆਪਾਂ ਨੂੰ ਸਾਰਾ ਗਿਆਨ ਦੇਣਾ ਹੁੰਦਾ ਹੈ। ਚੌਥੇ ਨੰਬਰ 'ਤੇ ਗੁਰੂ ਆ ਅਧਿਆਤਮਕ ਗੁਰੂ, ਜਿਹਨੇ ਆਪਾਂ ਨੂੰ ਆਪਣੇ ਮਨ ਦਾ ਭੇਦ ਦੇਣਾ ਹੈ, ਇਸ ਕਾਇਆ ਦਾ ਭੇਦ ਦੇਣਾ ਹੈ, ਕਿੱਦਾਂ ਪੰਜਾਂ ਚਤੱਤਾਂ ਤੋਂ ਆਪਣਾ ਸਰੀਰ ਪੈਦਾ ਹੋਇਆ ਹੈ, ਕਿੱਦਾਂ ਇਹ ਦਸਾਂ ਦੁਆਰਾਂ ਦਾ ਸਰੀਰ ਪੈਦਾ ਹੋਇਆ ਹੈ, ਨਾਮ ਆਪਣੇ ਕਿੱਥੇ ਰੱਖਿਆ ਗਿਆ ਹੈ, ਅਤੇ ਇਹ ਸਾਰੀ ਕਹਾਣੀ ਨੂੰ ਸਮਝਣ ਨਾ ਕਰਕੇ, ਉਹਨਾਂ ਤਿੰਨ ਗੁਰੂਆਂ ਦੇ ਕੋਲ ਜਾਣ ਕਰਕੇ, ਚੌਥੇ ਕੋਲ ਨਾ ਜਾਣ ਕਰਕੇ ਇਹਨੂੰ ਆਪਣੇ ਆਪ ਦਾ ਭੇਦ ਨਹੀਂ ਆਉਂਦਾ। ਆਪਾਂ ਆਪਣੇ ਬੱਚਿਆਂ ਨੂੰ ਭੇਜਦੇ ਹਾਂ ਸਕੂਲਾਂ ਕਾਲਜਾਂ ਦੇ ਵਿੱਚ ਕਿ ਵਧੀਆ ਪੜ੍ਹ ਲਿਖ ਜਾਣ। ਇਹਨੇ ਕੋਸ਼ਿਸ਼ ਕੀਤੀ ਕਿ ਇਹਦੇ ਅੱਗੋਂ ਵੀ ਕੁਛ ਹੈ, ਅੱਗੇ ਵੀ ਕੋਈ ਹੈ ਜਿਹੜਾ ਆਪਾਂ ਨੂੰ ਸਿਖਾਏਗਾ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਅਤੇ ਅੱਗੇ ਕਿੱਥੇ ਜਾਣਾ ਹੈ। ਅਗਿਆਨਤਾ ਬਸ ਜੀਵ ਇਹ ਕਹਿ ਦਿੰਦਾ ਹੈ ਕਿ ਅੱਗਾ ਕਿਹਨੇ ਦੇਖਿਆ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਸਾਰਾ ਆਪਣਾ ਪਛੋਕੜ ਅਤੇ ਆਪਣਾ ਅੱਗਾ ਹੀ ਦਿਖਾ ਰਹੀ ਹੈ। ਜੇ ਆਪਾਂ ਇਸ ਕਾਇਆ ਦੇ ਨਾਲ ਜੁੜ ਕੇ ਰਹਿ ਜਾਂਦੇ ਹਾਂ, ਆਪਣੇ ਆਪ ਦੀ ਪਹਿਚਾਣ ਨਹੀਂ ਕਰਦੇ, ਸੱਚੀ ਸੰਗਤ ਦੇ ਵਿੱਚ ਨਹੀਂ ਜਾਂਦੇ, ਉਸ ਨਾਮ ਤੱਕ ਨਹੀਂ ਪਹੁੰਚਦੇ, ਤਾਂ ਫਿਰ ਆਪਾਂ ਨੂੰ ਕਮਲੇ ਕਹਿ ਦਿੱਤਾ ਗਿਆ ਹੈ। ਅਗਿਆਨਤਾ ਵਿੱਚ ਆਪਾਂ ਨਾਮ ਲੱਭਦੇ ਹਾਂ ਬਾਹਰ, ਸੁੱਖ ਲੱਭਦੇ ਹਾਂ ਬਾਹਰ, ਅਤੇ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਨੇ ਸੁਖਮਨੀ ਸਾਹਿਬ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਹਾਂ ਕਿ ਨਾਮ ਤੁਹਾਡੇ ਦੇਹ ਦੇ ਅੰਦਰ ਰੱਖਿਆ ਗਿਆ ਹੈ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਕਹਿੰਦੇ ਉਹ ਤੁਸੀਂ ਤਾਂ ਹੀ ਲੈ ਸਕਦੇ ਹੋ ਜੇ ਗੁਰੂ ਦੀ ਮੰਤਰਾਂ 'ਚ ਚੱਲੋਗੇ, ਪਰ ਅਗਿਆਨਤਾ ਵਸ ਜੀਵ ਪੰਜਾਂ ਦਾ ਸੰਕਰਨ ਕਰਕੇ ਇੰਨਾ ਦੂਰ ਚਲਾ ਗਿਆ ਮਾਲਕ ਤੋਂ ਕਿ ਉਹਨੂੰ ਮਾਲਕ ਦੇ ਉੱਤੇ ਭਰੋਸਾ ਹੀ ਨਹੀਂ ਰਿਹਾ। ਜਿਹੜਾ ਵੀ ਕੰਮ ਕਰਦਾ ਹੈ ਕਹਿੰਦਾ ਮੈਂ ਕਰਨਾ ਹੈ, ਆਪਣੇ ਬੱਚਿਆਂ ਨੂੰ ਮੈਂ ਪਾਲਦਾ ਹੈ, ਜੇ ਮੈਂ ਕਿਰਤ ਨਹੀਂ ਕਰਾਂਗਾ ਮੇਰੇ ਪਰਿਵਾਰ ਦਾ ਕੀ ਬਣੇਗਾ। ਇਹੋ ਜਿਹੇ ਵਿਚਾਰ ਦਿੰਦੇ ਆਪਾਂ ਨੂੰ ਪੰਜ ਜਣੇ, ਆਪਾਂ ਉਹਨਾਂ ਦੇ ਪਿੱਛੇ ਲੱਗ ਕੇ ਸਾਰੀ ਜ਼ਿੰਦਗੀ ਇੱਦਾਂ ਹੀ ਲਗਾ ਦਿੰਦੇ ਹਾਂ। ਜਿਹੜਾ ਸਾਡੇ ਮਾਤਾ ਪਿਤਾ ਵੱਲੋਂ ਉਹ ਅਮੁੱਲਾ ਧਨ ਸਵਾਸ, ਜਿਹਦੀ ਕੀਮਤ ਇਹ ਸੰਸਾਰ 'ਤੇ ਹੈ ਨਹੀਂ, ਉਹ ਆਪਾਂ ਕੋਟੀਆਂ ਭਾਰ ਗਵਾਉਂਦੇ ਹਾਂ, ਵਿਚਾਰਾਂ ਦੇ ਵਿੱਚ ਗਵਾਉਂਦੇ ਹਾਂ। ਆਪਾਂ ਬਾਹਰੀ ਧਨ ਹੋਵੇ ਨਾ ਆਪਣੇ ਕੋਲ ਬੈਂਕਾਂ ਦੇ ਵਿੱਚ ਪਿਆ, ਉਹਦੀ ਕਾਪੀ ਕਾਪੀ ਲਈ ਹੁੰਦੀ ਹੈ ਕਿ ਕਿਹੜਾ ਧਨ ਕਿੱਥੇ ਖਰਚ ਕੀਤਾ, ਕਿਹੜਾ ਪੈਸਾ ਅੱਜ ਕਿਹਨੂੰ ਦਿੱਤਾ, ਕਿੰਨੀ ਅੱਜ ਬਚਤ ਕੀਤੀ, ਮੇਰਾ ਧਨ ਕਿੱਥੇ ਲੱਗਿਆ।
ਉਹਦਾ ਹਿਸਾਬ ਤਾਂ ਰੱਖਦੇ ਹਾਂ ਦ੍ਰਿਸ਼ਟਮਾਨ ਧੰਨ ਦਾ ਜਿਹੜਾ ਇੱਕ ਦਿਨ ਬਿਣਸ ਜਾਣਾ ਹੈ ਅਤੇ ਜਿਹੜੇ ਵਡਮੁੱਲੇ ਸਵਾਸ ਆਪਾਂ ਨੂੰ ਮਾਲਕ ਜਿਹੜੇ ਉਹ ਦੇ ਕੇ ਜਿੰਦਾ ਰੱਖ ਰਿਹਾ ਹੈ ਉਹਦਾ ਆਪਾਂ ਹਿਸਾਬ ਨਹੀਂ ਰੱਖਦੇ। ਜਦਕਿ ਮਨ ਨੂੰ ਕਿਹਾ ਗਿਆ ਸੀ ਕਿ ਜੋ ਤੂੰ ਆਪਣੀ ਮਨ ਦੀ ਪੱਟੀ 'ਤੇ ਲਿਖ ਕੇ ਲਿਆਵੇਂਗਾ ਤੇਰਾ ਉਹ ਹਿਸਾਬ ਨਾਲ ਫੈਸਲਾ ਕਰਦੇ ਹਾਂਗੇ। ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਆਪੇ ਪੱਟੀ ਕਲਮ ਆਪ ਉੱਪਰ ਲਿਖ ਕੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੋ। ਹੁਣ ਆਪਾਂ ਆਪਣੇ ਆਪ ਵੱਲ ਝਾਤੀ ਮਾਰੀਏ ਅੱਜ ਸੁਬਾਹ ਤੋਂ ਉੱਠੇ ਹਾਂ ਸੁਬਾਹ ਤੋਂ ਉੱਠ ਕੇ ਕਿਹੜਾ ਕਿਹੜਾ ਸਵਾਸ ਕਿਤੇ ਖਰਚ ਕੀਤਾ ਹੈ ਕਿੰਨੇ ਸਵਾਸਾਂ ਦੇ ਉੱਤੇ ਉਸ ਗੁਰਮੰਤਰ ਦੀ ਮੋਹਰ ਲਾਈਏ ਕਿੰਨੇ ਸਵਾਸ ਬਚਾਏ ਨੇ ਆਪਾਂ ਸਾਰੇ ਆਪਣਾ ਹਿਸਾਬ ਕਰਕੇ ਦੇਖੀਏ ਜਿਹਦੇ ਕਰਕੇ ਹੀ ਆਪਾਂ ਦੁਖੀ ਹੁੰਦੇ ਜਾਂਦੇ ਹਾਂ ਕਿਉਂਕਿ ਜੁੜ ਚੁੱਕੀਆਂ ਦੁਬਧਾ ਦੇ ਨਾਲ ਨਿੰਦਿਆ ਚੁਗਲੀ ਦੇ ਨਾਲ ਨਫ਼ਰਤ ਦੇ ਨਾਲ ਲੋਕ ਨਚਾ ਵਿੱਚ ਆ ਕੇ ਅਭਿਆਸ ਨਹੀਂ ਕਰਦੇ ਜਿਹਦੇ ਕਰਕੇ ਇਸ ਦੇਹੀ ਦੇ ਉੱਤੇ ਮਾਣ ਕਰਦੇ ਹਾਂ। ਅਤੇ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਨੇ ਇਸ ਦੇਹੀ ਦੇ ਅੰਦਰ ਦੇਖੋ ਕੀ ਹੈ ਅਤੇ ਇਸ ਦੇਹੀ ਨੂੰ ਖੋਲ੍ਹ ਕੇ ਫਿਰ ਸਮਝਾਉਂਦੇ ਨੇ ਪਿਸ਼ਤਾ ਅਸਤਰ ਰਕਤ ਪਰੇਟੇ ਚਾਮ ਤਿਸ ਉੱਪਰ ਲੈ ਰੱਖਿਓ ਭਗਵਾਨ। ਕਹਿੰਦੇ ਗੰਦਗੀ ਹੱਡੀਆਂ ਅਤੇ ਖੂਨ ਲਪੇੜ ਕੇ ਸਰੀਰ ਦੇ ਵਿੱਚ ਰੱਖਿਆ ਤੁਸੀਂ ਉਹਦੇ ਉੱਤੇ ਮਾਣ ਕਰਦੇ ਹਾਂ ਆਪਣੇ ਆਪ ਹੀ ਤੁਸੀਂ ਪਹਿਚਾਣ ਨਹੀਂ ਕਰਦੇ ਜਿੱਥੇ ਤੁਸੀਂ ਜਾਣਾ ਹੈ ਅੰਤ ਸਮੇਂ ਉਸ ਘਰ ਦੀ ਪਹਿਚਾਣ ਨਹੀਂ ਕਰਦੇ ਤੁਸੀਂ ਇਹਦੇ ਉੱਤੇ ਮਾਣ ਕਰਦੇ ਹੋ ਕਿ ਮੇਰਾ ਹੈ ਅਤੇ ਪੰਜਾਂ ਸੰਗ ਕਰਦਿਆਂ ਹੋਇਆਂ ਸਾਰੀ ਜ਼ਿੰਦਗੀ ਆਪਣੀ ਵਿਅਰਥ ਗਵਾ ਕੇ ਜਾਂਦੇ ਹੋ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹੋ। ਅਤੇ ਹੁਣ ਆਪਾਂ ਦੇਖੀਏ ਸਤਿਗੁਰਾਂ ਨੂੰ ਆ ਕੇ ਸੀਸ ਵੀ ਝੁਕਾਉਂਦੇ ਹਾਂ ਉਹਨਾਂ ਦੀ ਸੇਵਾ ਵੀ ਕਰਦੇ ਹਾਂ ਉਹ ਸਾਰੇ ਕੰਮ ਕਰਦੇ ਹਾਂ ਪਰ ਜਿਹੜੇ ਆਪਾਂ ਨੂੰ ਵਚਨ ਕਹਿ ਰਹੇ ਨੇ ਉਹ ਆਪਾਂ ਮੰਨਣ ਲਈ ਤਿਆਰ ਨਹੀਂ ਉਹ ਆਪਾਂ ਸੁਣਨ ਲਈ ਤਿਆਰ ਨਹੀਂ ਕਿਉਂਕਿ ਆਪਣਾ ਮਨ ਸੰਗਤ ਦੇ ਵਿੱਚ ਆ ਕੇ ਵੀ ਵਿਚਾਰਾਂ ਨੂੰ ਨਹੀਂ ਛੱਡਦਾ। ਆਪਾਂ ਜਿੱਥੇ ਬਹਿੰਦੇ ਹਾਂ ਮਾਇਆ ਆਪਣੇ ਨਾਲ ਬਹਿੰਦੀ ਹੈ। ਆਪਾਂ ਇਸ ਲੋਕ ਦੇ ਵਿੱਚ ਆ ਕੇ ਸਮਝ ਲਿਆ ਕਿ ਮਾਇਆ ਧੰਨ ਦੋ ਤੋਂ ਕਹਿ ਦਿੱਤਾ ਗਿਆ ਹੈ ਪਰ ਨਹੀਂ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਮਾਇਆ ਦੋ ਤਰੀਕੇ ਦੀ ਇੱਕ ਸੂਖਮ ਅਤੇ ਇੱਕ ਦ੍ਰਿਸ਼ਟਮਾਨ ਜਿਹੜੀ ਦਿਸਦੀ ਹੈ। ਜਿੰਨਾ ਆਪਾਂ ਦ੍ਰਿਸ਼ਟਮਾਨ ਦੇਖ ਰਹੇ ਹਾਂ ਸਾਰਾ ਇਹ ਸਰੀਰ ਤੋਂ ਲੈ ਕੇ ਮਾਇਆ ਸ਼ੁਰੂ ਹੁੰਦੀ ਹੈ ਸਰੀਰ ਤੋਂ ਇਹ ਸਰੀਰ ਸੰਭੂਲ ਹੈ ਮਾਇਆ ਦੂਜੇ ਪਾਏ ਭਰਮ ਭੁਲਾਇਆ ਅਤੇ ਸੁੱਖ ਮਾਇਆ ਜਿਹੜੇ ਆਪਾਂ ਵਿਚਾਰ ਲੈਂਦੇ ਹਾਂ ਸੰਸੇ ਫਿਕਰ ਤ੍ਰਿਸ਼ਨਾ ਮੇਰਾ ਕੀ ਬਣੇਗਾ ਕੱਲ੍ਹ ਇਹ ਕੰਮ ਕਰਨਾ ਹੈ ਜੇ ਉਹ ਨਾ ਹੋਇਆ ਮੇਰਾ ਕੀ ਬਣੇਗਾ ਸਾਡੇ ਪਰਿਵਾਰ ਦਾ ਕੀ ਬਣੇਗਾ ਅੱਗੇ ਦੀਆਂ ਸੋਚਾਂ ਸੋਚਦੇ ਹਾਂ। ਜਦੋਂ ਕਿ ਰੋਜ਼ ਜਪੁਜੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਕਹਿੰਦੇ ਤੁਹਾਡੇ ਸੋਚਿਆਂ ਤੁਹਾਡੇ ਕਰਿਆ ਕੁਛ ਨਹੀਂ ਹੋਣਾ ਉਹ ਮਾਲਕ ਦੇ ਹੱਥ ਡੋਰ ਹੈ ਤੁਹਾਡੇ ਸਵਾਸਾਂ ਦੀ ਡੋਰ ਉਹਦੇ ਹੱਥ ਹੈ। ਆਪਾਂ ਕਿਸੇ ਜੀਵ ਨੂੰ ਇੱਕ ਸਵਾਸ ਨਹੀਂ ਦੇ ਸਕਦੇ ਅਤੇ ਦ੍ਰਿਸ਼ਟਮਾਨ ਧੰਨ ਕਿੱਦਾਂ ਦੇ ਸਕਦੇ ਹਾਂ ਕਿਸੇ ਨੂੰ ਕੀ ਪਾਲ ਸਕਦੇ ਹਾਂ। ਆਪਾਂ ਸਾਰੇ ਉਹਦੇ ਬੱਚੇ ਹਾਂ ਉਹ ਸਾਨੂੰ ਆਪ ਪਾਲ ਰਿਹਾ ਹੈ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ ਪਰਮ ਡੋਰੀ ਹੱਥ ਤੁਹਾਰੇ ਜੀ ਜੰਗ ਤੇਰੇ ਧਾਰੇ 84 ਲੱਖ ਜੂਨ ਉਸਨੇ ਆਪਣੇ ਆਪ ਦੇ ਵਿੱਚੋਂ ਪੈਦਾ ਕੀਤੀ ਹੈ। ਆਪਾਂ ਸਾਰੇ ਉਹਦੇ ਸਰਗੁਣ ਸਰੂਪ ਹਾਂ ਉਹ ਨਿਰਗੁਣ ਦੇ ਵਿੱਚ ਆਪਣੇ ਸਾਹਮਣੇ ਆਪਾਂ ਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ ਹੈ। ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ ਆਪੇ ਕਰਤਾ ਕਰ ਕਰ ਵੇਖਿਆ ਦਿੰਦਾ ਸਾਸ ਗ੍ਰਹਿ ਹੈ ਤੁਹਾਨੂੰ ਸਵਾਸਾਂ ਦੀ ਗਲੀਆਂ ਤੁਹਾਡੇ ਮੁੱਖ ਦੇ ਵਿੱਚ ਪਾਇਆ ਨੇੜੇ ਹੋ ਅਤੇ ਆਪਾਂ ਦੇਖਦੇ ਹਾਂ ਦੂਰ ਜਿਹੜਾ ਨੇੜੇ ਆ ਉਹਦੀ ਪਹਿਚਾਣ ਨਹੀਂ ਕਰਦੇ ਕਿ ਸਾਡੇ ਨੇੜੇ ਕੌਣ ਆ ਅਤੇ ਮਾਣ ਕਰਦੇ ਹਾਂ ਇਸ ਦੇਹੀ ਦੇ ਉੱਤੇ। ਗੁਰਬਾਣੀ ਵਾਰ ਵਾਰ ਆਪਾਂ ਪੜ੍ਹਦੇ ਹਾਂ ਨਿਤਨੇਮ ਵੀ ਕਰਦੇ ਹਾਂ ਸ਼ਾਮ ਦੀਆਂ ਬਾਣੀ ਪੜ੍ਹਦੇ ਹਾਂ ਹਰ ਇੱਕ ਤੁਕ ਦੇ ਵਿੱਚ ਆਪਾਂ ਨੂੰ ਸਮਝਾਇਆ ਜਾ ਰਿਹਾ ਵੀ ਤੇਰਾ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਉਸ ਵਸਤੂ ਦੀ ਭਾਲ ਕਰੋ ਉੱਥੇ ਪਹੁੰਚੋ। ਅਤੇ ਗੁਰਬਾਣੀ ਕੀ ਸਮਝਾਉਂਦੀ ਹੈ ਇਸ ਮਨ ਨੂੰ ਕਿ ਜੇ ਤੂੰ ਉਹ ਅਸਲੀ ਸੱਚਾ ਵਣਜ ਨਾ ਕੀਤਾ ਵਪਾਰ ਨਾ ਕੀਤਾ ਤਾਂ ਮੁੜ ਕੇ ਕੁੱਟ ਪੈਂਦੀ ਤੈਨੂੰ ਘਰ ਨੂੰ ਲੈ ਕੇ ਜਾਵਾਂਗੇ। ਇਹ ਹੁਣ ਆਪਣੇ 'ਤੇ ਅਸਰ ਕਿ ਆਪਾਂ ਸੰਗਤ ਦੇ ਵਿੱਚ ਆ ਕੇ ਆਪਣੀ ਸੋਝੀ ਲੈਣੀ ਹੈ ਜਾਂ ਇੱਦਾਂ ਹੀ ਆਪਣਾ ਜੀਵਨ ਪਸ਼ੂਆਂ ਦੀ ਨਿਆਂ ਵਿਅਰਥ ਗਵਾਉਣਾ ਹੈ। ਸੋ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਗੁਰਬਾਣੀ ਸਮਝਾਉਂਦੀ ਹੈ ਕਿ ਤੂੰ ਇਸ ਮਿੱਟੀ ਦੇ ਉੱਤੇ ਮਾਣ ਨਾ ਕਰ ਇੱਕ ਦਿਨ ਬਿਣਸ ਜਾਣੀ ਹੈ ਆਪਣੇ ਆਪ ਦੀ ਪਹਿਚਾਣ ਕਰ ਆਓ ਜਿੱਥੇ ਪਾਸੋਂ ਸੁਣੋ ਜਿੰਨਾ ਮਰਜ਼ੀ ਭੱਜ ਲੈ ਬਾਟ ਮੁਕਾਇਆ ਮੁੱਕਣੀ ਨਹੀਂ ਜਿੰਨਾ ਚਿਰ ਤੂੰ ਮੁੱਲੋਂ ਨਹੀਂ ਪਛਾਣ।
गुरु नानक साहब महाराज कहते कि जिहड़ा ये जनेऊ है ये जो मेरी ये देही नासवान होनी है उसके नाल ही इन्हें खत्म हो जाना है जल जाना है ते मेरे मन वास्ते कोई जनेऊ दिओ जे है जिहड़ा मेरे नाल जा सके ये सिर्फ दृष्टमान तक सीमित है क्योंकि उत्थे उन्होंने समझाया कि तन एक वक्री चीज है ते मन एक वक्री चीज है ते ओह हरदयाल कहता तुसी दसो इहदा किहड़ा जनेऊ है जिहड़ा मन नूं पहनाया जावे असी तां उस हुकम चीज कोई जानते नहीं तुसी दसो। फिर गुरु साहब ने समझाया जनेऊ ते आपां नूं गुरबाणी दे भी समझाउंदे ने संतोख कपा दया दा ओह जनेऊ बुणिया होया है। गुरबाणी च आपां नूं समझाउंदे ने दया कपा संतोख सूत जत कंडी सदवट इहो जनेऊ जी का हई तां भांडे कत। कहते जे इहो जिहा जनेऊ तुहाडे कोल है तां मैनूं पहना दिओ जिहदे विच के जिहड़ा दया दा ओह कपा लगी होवे ते संतोख दा सूत लग्या होवे ते जिहड़ा सच दे नाल वटिया गया होवे। जे कोई इहो जिहा तुहाडे कोल जनेऊ है तां मैनूं पवा दिओ। ते ओह हैरान कि इहो जिहा किहड़ा जनेऊ है जिहड़ा सूहे नूं पवाया जा सकदा है असीं तां जाणदे ही नहीं। ते गुरु साहब अगे समझाते हैं कि जिहड़ा ये जनेऊ है ना इहनूं मैल लगदी है ना ये जल सकता है ना ये नाश हो सकता है। अगे आपां समझाते ने ना ये टुटे ना मन लगे ना ये जड़े ना जाए धन सो मानस नानका जो गल पल्ले पाए। कहते वो मानस जीव धन ने वो जीव धन ने जिहड़े नाम की कमाई करके नाम का जनेऊ पा के अपने मन नूं दरगाह नूं जांदे ने सदा वो जीव धन है। उस जगह के उत्ते उस टाइम के उत्ते गुरु नानक देव स्वामी महाराज जी ने इस तरीके दे नाल ये दृष्टि में जनेऊ का खंडन किया है कि तुसी अपने मन की पहचान करो ये देही तां चार दिनां नूं इत्थे मुक जानी है इस नूं साड़ दिता जाना है तुसी अपने आप की पहचान करो उस मन की पहचान करो ते उस मन के उत्ते फिर दया संतोख धर्म का रंग चढ़ाओ नाम का रंग चढ़ाओ। ਆਪਾਂ ਨਸ਼ਾ ਕਰਦੇ ਹਾਂ ਦ੍ਰਿਸ਼ਟਮਾਨ ਉਹ ਕੁਛ ਸਮੇਂ ਦਾ ਨਸ਼ਾ ਹੁੰਦਾ ਹੈ ਲੈ ਜਾਂਦਾ ਹੈ ਫਿਰ ਪੀਣਾ ਪੈਂਦਾ ਹੈ ਫਿਰ ਚੜ੍ਹਾਉਣਾ ਪੈਂਦਾ ਹੈ ਅਤੇ ਨਾਮ ਦਾ ਇਹੋ ਜਿਹਾ ਨਸ਼ਾ ਹੈ ਜਿਹੜਾ ਕਿ ਮਨ ਨੂੰ ਚੜ੍ਹਨਾ ਹੈ ਜਿਸਦੇ ਚੜ੍ਹਨ ਦੇ ਨਾਲ ਅਸੀਂ ਆਪਣੇ ਮਾਲਕ ਨੂੰ ਚੰਗੇ ਲੱਗਣਾ ਹੈ। ਜਦ ਤੱਕ ਇਸ ਤਨ ਨੂੰ ਮਾਇਆ ਦਾ ਰੰਗ ਲੱਗਿਆ ਹੈ ਉਦੋਂ ਤੱਕ ਆਪਾਂ ਆਪਣੇ ਮਨ ਨੂੰ ਮਾਲਕ ਨੂੰ ਨਹੀਂ ਪਾਉਂਦੇ। ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਨੇ ਇਹ ਤਨ ਮਾਇਆ ਪਾਇਆ ਪਿਆਰੇ ਲਿੱਤੜਾ ਲੱਭ ਰੰਗਾਏ ਮੇਰੇ ਕੰਤਨਾ ਭਾਵੈ ਚੁਣਨਾ ਪਿਆਰੇ ਕਿਉਂ ਤਨ ਸਿਜਿਆ ਜਾਏ। ਇਹ ਆਪਣੇ ਮਾਲਕ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਆਪਾਂ ਦੁਬਧਾ ਦਾ ਈਰਖਾ ਦਾ ਇਹ ਹੋਮੇ ਦਾ ਰੰਗ ਆਪਣੇ ਇਸ ਕਾਇ ਨੂੰ ਚੜ੍ਹਾ ਚੁੱਕੇ ਹਾਂ। ਆਪਾਂ ਸੰਗਤ ਦੇ ਵਿੱਚ ਆਏ ਹਾਂ ਸਿੱਖ ਰਹੇ ਹਾਂ ਕਿਉਂਕਿ ਸੰਗਤ ਇੱਕ ਸਕੂਲ ਹੈ ਅਤੇ ਜੇ ਆਪਾਂ ਸਿੱਖਣ ਤੋਂ ਬਾਅਦ ਬਾਹਰ ਜਾ ਕੇ ਇਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਨਾ ਲਿੱਤਾ ਤਾਂ ਫਿਰ ਆਪਣਾ ਇੱਥੇ ਇੰਨਾ ਸਮਾਂ ਬੈਠਣ ਦਾ ਕੋਈ ਫਾਇਦਾ ਨਹੀਂ। ਆਪਾਂ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਜਾਈਏ ਕਿ ਜਿਹੜੀ ਮਨ ਦੀ ਕਮਾਈ ਹੈ ਮਨ ਦੇ ਵਾਸਤੇ ਖਾਣਾ ਹੈ ਮਨ ਦਾ ਦੋਸਾ ਅਲੱਗ ਹੈ ਅਤੇ ਤਨ ਦਾ ਦੋਸਾ ਅਲੱਗ ਹੈ। ਸਾਰੀ ਦਿਹਾੜੀ ਦੀ ਜਿਹੜੀ ਖੇਡ ਚੱਲਦੀ ਹੈ ਇਹਨਾਂ ਪੰਜਾਂ ਦੇ ਨਾਲ ਇਹਨਾਂ ਨੇ ਆਪਾਂ ਨੂੰ ਵਿਚਾਰ ਦੇਣੇ ਆ ਅਤੇ ਆਪਾਂ ਗੁਰੂ ਦਾ ਮੰਤਰ ਦ੍ਰਿੜ ਕਰਕੇ ਗੁਰੂ ਦਾ ਸ਼ਬਦ ਦ੍ਰਿੜ ਕਰਕੇ ਇਸ ਕੂੜ ਦੀ ਪਾਲ ਨੂੰ ਤੋੜ ਕੇ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਰੱਖਣਾ ਹੁੰਦਾ ਹੈ। ਜਿੱਦਾਂ ਆਪਾਂ ਤਨ ਵਾਸਤੇ ਕਮਾਈ ਕਰਦੇ ਹਾਂ ਸੁਬਹ ਵੇਲੇ ਆ ਜਾਂਦੇ ਹਾਂ ਸਰੀਰ ਨੂੰ ਪਾਲਣ ਵਾਸਤੇ ਕਿਉਂਕਿ ਜਿਹੜਾ ਇਹ ਧਨ ਹੈ ਦ੍ਰਿਸ਼ਟਮਾਨ ਇਹ ਉਹ ਤੱਕ ਹੀ ਕੰਮ ਕਰੇਗਾ ਜਦੋਂ ਤੱਕ ਆਪਣਾ ਸਰੀਰ ਹੈ। ਜਦੋਂ ਸਰੀਰ ਨਾਸਵਾਨ ਹੋ ਗਿਆ ਉਦੋਂ ਇਸ ਧਨ ਨੇ ਕੰਮ ਨਹੀਂ ਕਰਨਾ। ਉਦੋਂ ਬਾਅਦ ਜਿਹੜਾ ਅੱਗੇ ਧਨ ਆਪਾਂ ਨੂੰ ਚਾਹੀਦਾ ਹੈ ਉਸ ਦੀ ਆਪਾਂ ਨੂੰ ਕੀਮਤ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਉਸ ਦੇ ਭੇਦ ਦਾ ਹੋਣਾ ਬੜਾ ਜ਼ਰੂਰੀ ਹੈ ਕਿ ਕਿਹੜਾ ਧਨ ਸਾਡੇ ਨਾਲ ਜਾਣਾ ਹੈ। ਉਹ ਇਹ ਨਾਮ ਦਾ ਧਨ ਉਹ ਆਪਣੇ ਮਨ ਦੀ ਖੁਰਾਕ ਜਿਸਦੇ ਹੋਣ ਦੇ ਨਾਲ ਆਪਣਾ ਦਰਗਾਹ ਦੇ ਵਿੱਚ ਮੁੱਖ ਉਜਲ ਹੋਣਾ ਹੈ। ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਪੜ੍ਹੀਏ ਵਿਚਾਰ ਕੇ ਅਤੇ ਉਸ ਨਾਮ ਤੱਕ ਪਹੁੰਚਣ ਦੀ ਵਿਧੀ ਯੁਕਤੀ ਸਿੱਖੀਏ। ਢਾਡੀ ਜਥਾ ਗੁਰਦੁਆਰਾ ਬ੍ਰਹਮ ਮੰਡਿਕਾ ਚੌਂਕ ਤੋਂ ਆਇਆ ਹੈ ਅਸੀਂ ਵੀ ਦ੍ਰਿਸ਼ਟਮਾਨ ਸਕੂਲਾਂ ਦੇ ਵਿੱਚ ਪੜ੍ਹੇ ਹਾਂ ਤ੍ਰੈ ਗੁਣਾਂ ਦੀ ਪੜ੍ਹਾਈ ਲਈਏ ਅਤੇ ਮੁੜ ਕੇ ਚੌਥੇ ਪਾਤ ਦੀ ਜਿਹੜੀ ਪੜ੍ਹਾਈ ਹੈ ਤ੍ਰੈ ਗੁਣਾਂ ਤੋਂ ਉੱਤੇ ਇਹ ਨੌਵਾਂ ਦਰਾਂ ਤੋਂ ਉੱਤੇ ਦੀ ਪੜ੍ਹਾਈ ਜਿਹੜੀ ਕਿ ਸੱਚੀ ਸੰਗਤ ਦੇ ਵਿੱਚ ਮਿਲਣੀ ਹੈ ਜਾ ਕੇ ਉੱਥੇ ਆਪਾਂ ਆਪ ਜਾਈਏ ਆਪਣੇ ਸੰਗੀਆਂ ਨੂੰ ਲੈ ਕੇ ਜਾਈਏ ਇਸ ਜੀਵਨ ਦਾ ਮਨੋਰਥ ਪਤਾ ਕਰੀਏ ਕਾਹਦੇ ਲਈ ਇਸ ਦੇਸ਼ ਦੇ ਵਿੱਚ ਆਏ ਹਾਂ।
ਸਭ ਤੋਂ ਸਰਮੌਰ ਜਾਮਾ ਮਾਨਸ ਨੇ ਹੀ ਦੇ ਕੇ ਆਪਾਂ ਨੂੰ ਇੱਥੇ ਭੇਜਿਆ ਏ, ਉਸਦਾ ਲਾਹਾ ਕੱਢ ਕੇ ਆਪਣੇ ਘਰ ਨੂੰ ਜਾਈਏ। ਰੋਜ਼ ਸਪੀਕਰਾਂ ਦੇ ਵਿੱਚ ਸੁਣਦੇ ਹਾਂ ਤੇ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨਕ ਦਿਓ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰ ਇਹ ਪੁੱਛਣ ਦਾ ਯਤਨ ਨਹੀਂ ਕੀਤਾ ਕਿ ਕਿੱਦਾਂ ਮਿਲਿਆ ਜਾਵੇ ਉਸ ਮਾਲਕ ਨੂੰ, ਸਾਨੂੰ ਕੋਈ ਦੱਸੇ ਆ ਕੇ ਰੱਬ ਦਾ ਪਿਆਰਾ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਅਵਰ ਕਾਜ ਇਹਦੇ ਉੱਤੇ ਗਏ ਨੇ ਇਹ ਨਿੰਦਿਆ ਦੁਬਦਾ ਈਰਖਾ ਸੰਸੇ ਫਿਕਰ, ਜਿਹੜਾ ਆਪਣਾ ਮਨ ਕਰਦਾ ਹੈ ਇਹ ਕਹਿੰਦੇ ਤੁਹਾਡੇ ਨਾਲ ਨਹੀਂ ਜਾਣੇ। ਤੁਸੀਂ ਜਿੰਨਾ ਮਰਜ਼ੀ ਸੋਚੋ ਉਹ ਸੋਚਿਆ ਤੁਹਾਡੇ ਕੁਛ ਨਹੀਂ ਹੋਣਾ, ਜੋ ਮਾਲਕ ਚਾਹੇਗਾ ਉਹ ਹੋਏਗਾ, ਆਪਾਂ ਉਹਦੇ ਹੁਕਮ ਦੇ ਵਿੱਚ ਆਈਏ। ਉਹ ਆਪਣੀ ਗਰੰਟੀ ਲੈ ਰਿਹਾ ਹੈ, ਪੁੱਤਰਾ ਆਪਣੇ ਘਰ ਆ ਕੇ ਬੈਠ, ਤੇਰੇ ਵਾਸਤੇ ਸੋਹਣਾ ਮਹਿਲ ਬਣਾਇਆ ਹੈ, ਫਿਰ ਘਰ ਬਣਾਇਆ ਹੈ, ਉਸ ਘਰ ਦੇ ਵਿੱਚ ਆ ਜਾ, ਤੇਰਾ ਕੰਮ ਮੈਂ ਆਪ ਕਰ ਲਵਾਂਗਾ। ਪਰ ਆਪਾਂ ਨੂੰ ਭਰੋਸਾ ਨਹੀਂ ਰਿਹਾ ਆਪਣੇ ਮਾਲਕ ਦੇ ਉੱਤੇ। ਗੁਰਬਾਣੀ ਆਪਾਂ ਨੂੰ ਸਮਝਾਉਂਦੀ ਹੈ, ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਰ ਸਵਾਰੇ। ਆਪਾਂ ਜਾਣਦੇ ਹਾਂ ਖਿਲਾਉਣੇ ਦੀ ਤਰ੍ਹਾਂ, ਜਿਹੜਾ ਜੀਵ ਸਿਮਰਨ ਕਰਦਾ ਹੈ ਉਹਨੂੰ ਸਮਝਦਾ ਹੈ ਵਿਹਲਿਆਂ ਦਾ ਕੰਮ ਹੈ। ਜੇ ਅਸੀਂ ਇਹ ਕੰਮ ਕਰਾਂਗੇ ਸਾਡਾ ਕੰਮ ਕਿੱਦਾਂ ਚੱਲੇਗਾ, ਪਰਿਵਾਰ ਕਿੱਦਾਂ ਪੜੇਗਾ। ਇਹ ਵਿਹਲਿਆਂ ਦਾ ਕੰਮ ਹੈ, ਸਾਡੇ ਕੋਲ ਸਮਾਂ ਨਹੀਂ ਕਿ ਸੰਗਤ ਦੇ ਵਿੱਚ ਜਾਈਏ, ਸਾਨੂੰ ਤਾਂ ਕੰਮ ਪੜੇ। ਤੇ ਜਿਹਦੇ ਕਰਕੇ ਇਹ ਦੇਹੀ ਮਿਲੀਏ, ਜਿਹਦੇ ਕਰਕੇ ਇੰਨੀ ਸੋਹਣੀ ਇਹ ਸੁੰਦਰ ਆਪਾਂ ਨੂੰ ਕਾਇਆ ਮਿਲੀ ਹੈ ਕਿ ਤੁਸੀਂ ਇਸ ਕਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਮਾਲਕ ਨਾਲ ਮਿਲ ਸਕਦੇ ਹੋ। 84 ਲੱਖ ਜੂਨ ਬਾਹਰ ਘੁੰਮਦੀ ਫਿਰਦੀ ਹੈ, ਕਿਸੇ ਇੱਕ ਜੂਨ ਨੂੰ ਫੜ ਕੇ ਇੱਥੇ ਲੈ ਕੇ ਬਹਾਓ ਅਤੇ ਉਹਨੂੰ ਕਹੋ ਕਿ ਸਿਮਰਨ ਕਰ, ਤੁਹਾਡੀ ਗੱਲ ਹੀ ਸੁਣੇਗਾ। ਭਾਸ਼ਾ ਦਾ ਫਰਕ ਹੈ, ਆਪਾਂ ਗੁਰਬਾਣੀ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ, ਗੁਰਮੰਤਰ ਦ੍ਰਿੜ ਕਰ ਸਕਦੇ ਹਾਂ, ਕੰਨਾਂ ਨਹੀਂ ਸੁਣ ਸਕਦੇ ਹਾਂ, ਪਰ ਆਪਾਂ ਭੇਦ ਨਹੀਂ ਲੈ ਰਹੇ, ਸਮਾਂ ਲੰਘ ਰਿਹਾ ਹੈ। ਇਸ ਤਰੀਕੇ ਦੇ ਨਾਲ ਗੁਰਬਾਣੀ ਆਪਣੇ ਮਨ ਨੂੰ ਸਮਝਾਉਂਦੀ ਹੈ ਕਿ ਮਨਾ ਹੈ ਮੇਰੇ ਪੁੱਤਰਾ, ਜੇ ਤੂੰ ਹੁਣੇ ਸਮਾਂ ਗਵਾ ਲਿਆ ਤੇਰੇ ਦੁਆਰਾ ਹੱਥ ਨਹੀਂ ਆਉਣਾ, ਮੁੜ ਕੇ ਪਛਤਾਵਾ ਤੇਰੇ ਹੱਥ ਰਹਿ ਜਾਣਾ ਹੈ, ਇਸ ਲਈ ਸਮਾਂ ਨਾ ਗਵਾਈਏ। ਜੋ ਗੁਰਬਾਣੀ ਆਪਣੇ ਮਨ ਨੂੰ ਸੇਧ ਦਿੰਦੀ ਹੋਈ, ਆਪਣੇ ਘਰ ਨੂੰ ਤੋੜਦੀ ਹੋਈ, ਫਿਰ ਘਰ ਵੱਲ ਤੋੜਦੀ ਹੋਈ ਗਿਆਨ ਦਿੰਦੀ ਹੈ, ਉਹਨਾਂ ਬੋਲਾਂ ਨੂੰ ਬਿਆਨ ਕਰਦੀ ਕਵਿਤਾ ਆਪ ਦੇ ਚਰਨਾਂ ਵਿੱਚ ਇਹ ਕਿਉਂ ਬਿਆਨ ਹੈ।
ਇਸ਼ਟਮਾਨ ਪਟਾਕੇ ਲੜੀਆਂ ਲੰਗਰਾਂ ਦਾਨ ਪੁੰਨ ਕਰਨ ਤੱਕ ਸੀਮਤ ਨਾ ਰਹੀਏ। ਸੰਗਤ ਜੀ ਜਿਹੜੀ ਭਗਤੀ ਦਾ ਮਾਰਗ ਆ ਨਾ ਉਹ ਤ੍ਰੈ ਗੁਣਾਂ ਤੋਂ ਉੱਤੇ ਆ। ਆਪਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਮਝਾਇਆ ਏ ਤ੍ਰੈ ਗੁਣ ਮਿਟੇ ਚੌਥੇ ਵਰਤੈ ਇਹਾ ਭਗਤ ਨਾਰੀ। ਇੱਥੇ ਤ੍ਰੈ ਗੁਣਾਂ ਦੇ ਵਿੱਚ ਰਹਿ ਕੇ ਕਿਤੇ ਹੋਮੇ ਦੇ ਵਿੱਚ ਫੁੱਲੇ ਨਾ ਫਿਰੀਏ, ਅਸੀਂ ਭਗਤੀ ਕਰ ਰਹੇ ਹਾਂ। ਜਦੋਂ ਤੁਸੀਂ ਚੌਥੇ ਦੇ ਵਿੱਚ ਜਾਓਗੇ ਆਪਣੇ ਘਰ ਨਿਜ ਘਰ ਥਰ ਘਰ ਵਿੱਚ ਜਾਓਗੇ ਉੱਥੋਂ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ। ਸੋ ਹੁਣ ਦਸ ਪਾ ਚੱਲੇ ਹਾਂ। ਕਵਿਤਾ ਰਾਹੀਂ ਆਪਾਂ ਨੂੰ ਦੱਸਿਆ ਹੈ ਕਿ ਜੇ ਆਪਣੇ ਕਮਲੇ ਮਨ ਦਾ ਇਲਾਜ ਕਰਾਉਣਾ ਹੈ ਤਾਂ ਹੋਸਪਿਟਲ ਹੈ ਜਿੱਥੇ ਡਾਕਟਰ ਇਲਾਜ ਕਰਦੇ ਨੇ। ਗੁਰਦੁਆਰਾ ਬ੍ਰਹਮਿੰਡ ਲੈਕਾ ਚੌਕ ਬ੍ਰਹਮ ਗਿਆਨ ਯੂਨੀਵਰਸਿਟੀ ਰੋੜੀ ਰੋਡ ਮੋਗਾ ਦੇ ਵਿਖੇ ਸਥਿਤ ਹੈ। ਤੁਸੀਂ ਆ ਸਕਦੇ ਹੋ, ਆਪ ਵੀ ਆਪਣੇ ਜੀਵਨ ਦਾ ਲਾਭ ਲਈਏ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਏ ਤਾਂ ਕਿ ਉਹ ਵੀ ਸੁੱਖ ਲੈਣ ਸਕਣ, ਆਪਾਂ ਵੀ ਆਪਣਾ ਜੀਵਨ ਜੋ ਰਹਿ ਗਿਆ ਹੈ ਸੁਖੀ ਸੁਖੀ ਬਤੀਤ ਕਰੀਏ। ਸੋ ਗੁਰਮੁਖਾਂ ਵੱਲੋਂ ਦਿੱਤਾ ਗਿਆ ਸਭਾ ਸਮਾਪਤ ਹੈ ਜੀ। ਇੰਨੀ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸੰਗਤ ਦੇ ਗੁਰੂ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਅਤਿ ਧੰਨਵਾਦੀ ਹਾਂ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਉਹਨਾਂ ਵੱਲੋਂ ਵਸਾਏ ਹੋਏ ਗੁਰੂ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਜੀ ਦੇ, ਜਿਨ੍ਹਾਂ ਨੇ ਸਾਨੂੰ ਸ਼ਿਕਸ਼ਾ ਦਿੱਤੀ ਗੁਰਬਾਣੀ ਅਨੁਸਾਰ ਵੀ ਗੁਰਬਾਣੀ ਕਹਿ ਕੀ ਰਹੀਏ ਤੁਸੀਂ ਇੱਦਾਂ ਜੀਵਨ ਦੇ ਵਿੱਚ ਚੱਲੋ ਅਤੇ ਆਪਣੇ ਮਾਲਕ ਦੇ ਨਾਲ ਮਿਲਾਪ ਕਰ ਲਓਗੇ। ਸੋ ਇੱਕ ਵਾਰ ਫਿਰ ਖਿਮਾ ਦੇ ਜੱਜ ਖਾਂ ਸਾਰੇ ਦਿਓ ਜੀ ਅਸੀਸ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਗੁਰੂ ਘਰ ਜੋ ਪਹੁੰਚੇ ਹਾਂ ਸਤਿਗੁਰਾਂ ਦੀ ਸ਼ਰਨ ਵਿੱਚ, ਸਾਡੀ ਗੁਰਮੁਖੋ ਪਿਆਰੇ ਇਹ ਨੀ ਤਮੰਨਾ ਕਿ ਉੱਥੇ ਅਸੀਂ ਜਾਈਏ ਸਾਨੂੰ ਉੱਥੋਂ ਕੋਈ ਇੰਨੀ ਮਾਇਆ ਮਿਲੇ ਜਾਂ ਉੱਥੇ ਸਾਨੂੰ ਸਰੂਪਾਂ ਦੀ ਬਖਸ਼ਿਸ਼ ਕੀਤੀ ਜਾਵੇ। ਇਹ ਤਾਂ ਚਲੋ ਫਰਜ਼ ਬਣਦਾ, ਆਪਾਂ ਮਾਲਕ ਦੇ ਨੌਕਰਾਂ ਚਾਕਰਾਂ ਦਾ ਸਤਿਕਾਰ ਕਰਦੇ ਹਾਂ। ਇੱਕੋ ਹੀ ਬਣਦ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਕਰਨ ਵਾਸਤੇ ਭੇਜਿਆ ਹੈ, ਵਣਜ ਕਰੋ ਹੁਣ ਜਾ ਰਿਹਾ ਵਖਰ ਲਿਓ ਸਮਾਨ ਤੈਸੀ ਵਸਤ ਵਸਾਈਏ ਜੈਸੀ ਲਿਖਾਇ ਨਾਲ। ਜਿਸ ਤਰ੍ਹਾਂ ਸਾਰੀਆਂ ਸੰਗਤਾਂ ਨੇ ਢਾਡੀ ਜਥਾ ਜੋ ਕਵਿਤਾ ਦੇ ਰਾਹੀਂ ਸ਼ਬਦ ਦੀ ਵਿਚਾਰ ਦੇ ਰਾਹੀਂ ਆਪਾਂ ਨੂੰ ਮਹਾਰਾਜ ਦੇ ਚਰਨਾਂ ਨਾਲ ਕਰਮ ਖਾਣੇ ਜੋੜਿਆ, ਸਾਰੀਆਂ ਸੰਗਤਾਂ ਨੇ ਬੜੇ ਹੀ ਪਿਆਰ ਦਾ ਜਿਹੜਾ ਸਬੂਤ ਦਿੱਤਾ ਹੈ, ਇਹ ਹੈ ਸੱਚਾ ਵਪਾਰ। ਤੇ ਬੇਨਤੀ ਕਰਦੇ ਹਾਂ ਜਿੰਨਾ ਚਿਰ ਆਪਾਂ ਸਤਿਗੁਰਾਂ ਦੀ ਸ਼ਰਨ ਵਿੱਚ ਬੈਠੇ ਹਾਂ ਇਹਨਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਇਆਂ ਕਿਸੇ ਨੇ ਵੀ ਕੋਈ ਵਜਨ ਨਹੀਂ ਕਰਨਾ, ਗੱਲਾਂ ਬਾਤਾਂ ਨਹੀਂ ਕਰਨੀਆਂ। ਤੇ ਦੂਸਰਾ ਜੋ ਆਪਾਂ ਮੋਬਾਈਲ ਜੋ ਕਾਲ ਦਾ ਯੰਤਰ ਹੈ ਇਹ ਵੀ ਕਿਰਪਾ ਕਰੋ ਇਹਨਾਂ ਦੀਆਂ ਰਿੰਗਾਂ ਬੰਦ ਕਰ ਦਿਓ ਤਾਂ ਜੋ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਰਾਹੀਂ ਆ ਕੇ ਜੋ ਸਾਨੂੰ ਉਪਦੇਸ਼ ਦਿੱਤਾ, ਅਸੀਂ ਗੁਰੂ ਘਰ ਆਏ ਹਾਂ ਸਿੱਖਿਆ ਲੈ ਕੇ ਜਾਈਏ, ਸਾਡੇ ਵਿੱਚ ਕੋਈ ਤਬਦੀਲੀ ਆਵੇ, ਸਾਡਾ ਵੀ ਭਲਾ ਹੋਵੇ ਤੇ ਨਾਲ ਸਾਡੀਆਂ ਆਉਣ ਵਾਲੀਆਂ ਕੁਲਾਂ ਦਾ ਵੀ ਭਲਾ ਹੋ ਜਾਵੇ। ਸੋ ਇਸ ਵਾਸਤੇ ਬੇਨਤੀ ਹੈ ਸਰਬੱਤ ਸੰਤਾਂ ਦੇ ਚਰਨਾਂ ਵਿੱਚ, ਜੇ ਕੋਈ ਗੱਲਬਾਤ ਕਰਦਾ ਹੈ ਤਾਂ ਉਹਦਾ ਦੇਖਦਾ ਹੈ, ਕਿਰਪਾ ਕਰੋ ਲਾਗੇ ਜਿਹੜੇ ਗੁਰਮੁਖ ਬੈਠੇ ਉਹਨਾਂ ਨੂੰ ਇਸ਼ਾਰਾ ਕਰਕੇ ਉਹਨਾਂ ਦਾ ਧਿਆਨ ਇੱਧਰ ਕਰ ਦਿਓ ਤਾਂ ਕਿ ਆਪਾਂ ਲਾਹ ਲਈਏ, ਕਿਰਪਾ ਕਰਿਓ ਜੀ। ਵਾਹਿਗੁਰੂ ਡੰਡੋਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼, ਹਾਜ਼ਰਾ ਹਜ਼ੂਰ ਜਹਰਾ ਹਜ਼ੂਰ ਸਰਬ ਕਲਾ ਭਰਪੂਰ ਜੁਗ ਜੁਗ ਅਟਲ ਚਵਰ ਸ਼ਤਰ ਤਖਤਾਂ ਦੇ ਮਾਲਕ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਜੀ ਦੀ ਸੱਜੀ ਵਾਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਸਾਰੇ ਹੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਨੇ ਸਾਨੂੰ 84 ਦੇ ਗੇੜ ਤੋਂ ਬਾਅਦ ਸਭ ਤੋਂ ਉੱਤਮ ਇਹ ਮਨੁੱਖਾਂ ਤੇ ਹੀ ਬਖਸ਼ਿਸ਼ ਕੀਤੀ ਹੈ ਜੋ ਆਪਾਂ ਨੂੰ ਗੁਰਮੁਖ ਪਿਆਰੇ ਸ਼ਬਦ ਦੇ ਵਿਚਾਰ ਰਾਹੀਂ ਸਮਝਾ ਲਏ ਸਨ ਇਹ ਜੋ ਸਾਨੂੰ ਗੁਰਬਾਣੀ ਦੇ ਵਿੱਚ ਭਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਈ ਹੈ 84 ਲੱਖ ਜੂਨਾਂ ਦੇ ਵਿੱਚੋਂ ਕੋਈ ਵੀ ਐਸੀ ਜੂਨ ਨਹੀਂ ਕਿ ਜਿਹੜੀ ਇਸ ਭਾਸ਼ਾ ਨੂੰ ਸਮਝ ਕੇ ਆਪਣੇ ਮੂਲ ਅਤੇ ਨਾਮ ਦਾ ਭੇਦ ਲੈ ਕੇ ਉਹ ਜਨਮ ਮਰਨ ਤੋਂ ਰਹਿਤ ਹੋ ਕੇ ਆਪਣੇ ਘਰ ਚਲੀ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਵਾਸਤੇ ਹੀ 84 ਲੱਖ ਜੂਨਾਂ ਦੇ ਵਿੱਚੋਂ ਕਿਸੇ ਵੀ ਜੂਨ ਨੂੰ ਵਡਿਆਈ ਨਹੀਂ ਦਿੱਤੀ ਕਿਸੇ ਵੀ ਜੂਨ ਨੂੰ ਵਡਿਆਈ ਨਹੀਂ ਦਿੱਤੀ ਕਿਉਂ ਕਿਉਂਕਿ 84 ਲੱਖ ਜਿਹੜੀ ਜੂਨ ਹੈ ਉਹ ਤਾਂ ਇੱਕ ਜੇਲ੍ਹ ਹੈ ਇੱਕ ਨਰਕ ਹੈ ਉਹ ਜਿਹੜੇ ਮਨ 84 ਦੇ ਗੇੜ ਵਿੱਚ ਪੈ ਚੁੱਕੇ ਹਨ ਉਹ ਤਾਂ ਸਜ਼ਾ ਭੋਗ ਰਹੇ ਨੇ ਤੇ ਆਪਾਂ ਵੀ ਗੁਰਮੁਖੋਂ ਪਿਆਰੇ ਸਾਰੇ ਤੋਂ ਸਜ਼ਾ ਕੱਟ ਕੇ ਆਏ ਹਾਂ 84 ਲੱਖ ਜੂਨ ਭੋਗ ਕੇ ਆਏ ਹਾਂ ਜਿਸ ਦਾ ਸਾਨੂੰ ਗਿਆਨ ਨਹੀਂ ਸੀ ਸਿਰਫ ਤੇ ਸਿਰਫ ਇਨਸਾਨ ਇੱਥੋਂ ਤੱਕ ਹੀ ਸੀਮਤ ਰਹਿ ਗਿਆ ਕਿ ਘਰ ਬਾਰ ਚੰਗੇ ਬਣੇ ਹੋਣ ਬੱਚਿਆਂ ਨੂੰ ਵੱਧ ਤੋਂ ਵੱਧ ਸੰਸਾਰ ਦੀ ਵਿੱਦਿਆ ਪੜ੍ਹਾ ਲਈਏ ਜਿਸ ਤਰ੍ਹਾਂ 84 ਲੱਖ ਜੂਨਾਂ ਵੀ ਸੁਭਾਵਕੀਆਂ ਦੇ ਆਪਣੇ ਆਪਣਿਆਂ ਵਿੱਚੋਂ ਨਿਕਲ ਜਾਂਦੇ ਨੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਲਿਆ ਕੇ ਜੋਗਾ ਪਾਉਂਦੇ ਨੇ ਤਾਂ ਸਾਡੀ ਵੀ ਹਾਲਤ ਉਹ 84 ਲੱਖ ਜੂਨਾਂ ਵਰਗੀ ਹੋ ਗਈ ਜੋ ਮਹਾਰਾਜ ਸਮਝਾਉਂਦੇ ਹਨ ਕਿ ਬਿਨਾਂ ਸੰਗਤ ਤੋਂ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸ ਢੋਰ ਜਿਨ ਕੀਤੇ ਕਿਸੇ ਨਾ ਜਾਣਨੀ ਬਿਨ ਨਾਵੇਂ ਸਭ ਚੋਰ ਕਿ ਅਕਾਲ ਪੁਰਖ ਪਿਤਾ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਅਸੀਂ ਚੋਰ ਬਣ ਗਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਜੋ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਨੇ ਸਾਨੂੰ ਜਨਮ ਤੋਂ ਪਹਿਲਾਂ ਸਾਰਾ ਖੇਲ ਸਮਝਾ ਕੇ ਭੇਜਿਆ ਜੋ ਆਪਾਂ ਇਸ ਲੋਕ ਵਿੱਚ ਆ ਕੇ ਗੁਰਮੁਖੋਂ ਭੁੱਲ ਗਏ ਸਾਨੂੰ ਭੁੱਲੇ ਹੋਇਆਂ ਨੂੰ ਰਸਤਾ ਦੱਸਣ ਵਾਸਤੇ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਆਪ ਆਏ ਗੁਰਮੁਖੋਂ ਪਿਆਰੇ ਆਕਾਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਸਤਿਗੁਰਾਂ ਦਾ ਖਿਤਾਬ ਦਿੱਤਾ ਗਿਆ ਹੈ ਕਿਉਂਕਿ ਜੋ ਮਾਲਕ ਹੈ ਉਸਨੂੰ ਕੋਈ ਵੀ ਜੀਵ ਜਿਹੜੀ ਹੈ ਉਹ ਖਤਮ ਨਹੀਂ ਕਰ ਸਕਦੀ ਭਾਵ ਕਿ ਨਾਸ਼ ਨਹੀਂ ਕਰ ਸਕਦੀ ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸਕੇ ਕੋਈ ਉਹਨਾਂ ਅੰਤਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਦਾ ਜਨਮ ਹੀ ਨਾਮ ਦੇ ਵਿੱਚੋਂ ਪ੍ਰਗਟ ਹੋਏ ਸਨ ਆਪ ਸਤਿਗੁਰੂ ਸਨ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਕਾਹਦੇ ਵਾਸਤੇ ਗੁਰਮੁਖੋ ਪਿਆਰੇ ਗੁਰੂ ਨਾਨਕ ਦੇਵ ਪਾਤਸ਼ਾਹ ਆਏ ਸਾਨੂੰ ਸਮਝਾਉਣ ਵਾਸਤੇ ਕਿ ਮਾਨਸ ਜਨਮ ਮਿਲਿਆ ਹੈ ਇਸ ਦਾ ਅਸਲ ਲਕਸ਼ ਕੀ ਹੈ ਮਹਾਤਮ ਕੀ ਹੈ ਆ ਗੁਰਮੁਖਾਂ ਨੇ 12 ਦੇ ਰਾਹੀਂ ਸਾਨੂੰ ਜੋ ਗੁਰਬਾਣੀ ਦੇ ਨਾਲ ਵਜਨ ਮੇਲ ਖਾਂਦੇ ਹਨ ਉਹ ਹੀ ਸਾਨੂੰ ਉਹਨਾਂ ਨੇ ਕਵਿਤਾ ਦੇ ਰੂਪ ਵਿੱਚ ਸਮਝਾਏ ਤੇ ਜੇ ਗੁਰਮੁਖਾਂ ਨੇ ਪ੍ਰਚਾਰ ਕੀਤਾ ਤਾਂ ਉਹ ਵੀ ਗੁਰਬਾਣੀ ਸ਼ਬਦ ਦੀ ਵਿਚਾਰ ਪਰ ਆਪਣੇ ਵਿੱਚੋਂ ਇਹ ਵਚਨ ਉਹਨਾਂ ਗੁਰਮੁਖਾਂ ਨੂੰ ਸਮਝ ਆਏ ਹੋਣਗੇ ਜਿਹੜੇ ਗੁਰਮੁਖ ਅਭਿਆਸੀ ਹਨ
ਜਿਹੜੇ ਸਿਮਰਨ ਕਰਦੇ ਹਨ, ਜਿਨ੍ਹਾਂ ਨੇ ਆਪਣੇ ਸੁੱਤੇ ਹੋਏ ਮਨਾਂ ਨੂੰ ਜਗਾਇਆ, ਤੇ ਜਿਹੜੇ ਮਨ ਸੁੱਤੇ ਹਨ, ਸੁੱਤੇ ਪਏ ਇਨਸਾਨ ਦੇ ਲਾਗੇ ਕਿਰਪਾ ਕਰੋ ਗੁਰਮੁਖ ਜਿਹੜਾ ਕੋਈ ਵਚਨ ਕਰਨਾ ਸਤਿਗੁਰਾਂ ਦੀ ਹਜ਼ੂਰੀ ਤੋਂ ਬਾਹਰ ਜਾ ਕੇ ਕਰੋ। ਇਸੇ ਵਾਸਤੇ ਪਹਿਲਾਂ ਬੇਨਤੀ ਕੀਤੀ ਹੈ, ਕਿਉਂਕਿ ਸਾਰਿਆਂ ਦਾ ਧਿਆਨ ਇੱਕ ਜਣਾ ਗੱਲ ਕਰਦਾ ਹੈ, ਦੂਜਿਆਂ ਦਾ ਧਿਆਨ ਉੱਧਰ ਟੁੱਟਦਾ ਹੈ। ਜੋ ਗੁਰਮੁਖਾਂ ਨੇ ਗੁਰਮੁਖੋਂ ਵਿਚਾਰ ਕੀਤੀ ਹੈ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਸਿਮਰਨ ਕਰਕੇ ਆਪਣੇ ਮਨ ਨੂੰ ਜਗਾਇਆ ਹੈ, ਉਹਨਾਂ ਨੂੰ ਤਾਂ ਸਮਝ ਆ ਗਈ ਹੋਵੇਗੀ। ਜੋ ਮਹਾਰਾਜ ਸਮਝਾਉਂਦੇ ਹਨ, ਸਿਮਰ 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 ਗੁਰੇ ਆਪਣਾ ਸੋਇਆ ਮਨ ਜਗਾਈ। ਤੇ ਜੇ ਅਸੀਂ ਕੱਲੀਆਂ ਫਾਰਮੈਲਿਟੀਆਂ ਤੱਕ ਹੀ ਗੁਰਮੁਖ ਸੀਮਤ ਰਹਿ ਗਏ, ਜਿਸ ਤਰ੍ਹਾਂ ਗੁਰਮੁਖ ਪਿਆਰੇ ਆਪਾਂ ਨੂੰ ਕਵਿਤਾ ਦੇ ਬੋਲਾਂ ਰਾਹੀਂ ਸਮਝਾ ਰਹੇ ਸਨ ਕਿ ਲੜੀਆਂ ਲਾਉਣ ਦੇ ਨਾਲ, ਪਟਾਕੇ ਚਲਾਉਣ ਦੇ ਨਾਲ, ਲੰਗਰ ਲਾਉਣ ਦੇ ਨਾਲ ਕੀ ਸਾਡਾ ਮਾਲਕ ਪਿਤਾ ਪਰਮੇਸ਼ਰ ਖੁਸ਼ ਹੋ ਜਾਵੇਗਾ। ਕਹਿੰਦੇ ਨੇ ਵੀ ਇਹ ਵੀ ਕਾਰਜ ਕਰੋ, ਲੰਗਰ ਪਾਣੀ ਵੀ ਲਾਓ, ਸੇਵਾ ਵੀ ਕਰੋ, ਪਿੰਡ ਸੇਵਾ ਤਰਿਕ ਹੱਥ ਪੈਰ ਨਿਰਭਰ ਸਭ ਕਰਨੀ। ਪਰ ਉਸ ਦੇ ਨਾਲ ਨਾਲ ਜਿਹੜੀ ਸਭ ਤੋਂ ਉੱਚੀ ਅਤੇ ਸੁੱਚੀ ਸੇਵਾ ਹੈ, ਜਿਹੜੀ ਦਰਗਾਹ ਦੇ ਵਿੱਚ ਜਾ ਕੇ ਕਬੂਲ ਹੋਣੀ ਹੈ, ਉਹ ਸੇਵਾ ਕਿਹੜੀ ਹੈ? ਜੋ ਆਪਾਂ ਹੁਣ ਸਤਿਗੁਰਾਂ ਦੀ ਸ਼ਰਨ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਸੁਣ ਰਹੇ ਹਾਂ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਸੁਣਾਂਗੇ, ਨਾਲ ਦੀ ਨਾਲ ਸਿਮਰਨ ਕਰਕੇ ਅਸੀਂ ਆਪਣੇ ਸੁੱਤੇ ਹੋਏ ਮਨ ਨੂੰ ਜਗਾਵਾਂਗੇ, ਫਿਰ ਸਾਡਾ ਮਨ ਅਤੇ ਮਨ ਦਾ ਜਿਹੜਾ ਤਨ ਹੈ ਉਹ ਨਿਰਮਲ ਹੋ ਜਾਂਦਾ ਹੈ। ਜੋ ਮਹਾਰਾਜ ਸਮਝਾਉਂਦੇ ਹਨ, ਮਨ ਤਨ ਧੋਵੈ ਸ਼ਬਦ ਵਿਚਾਰੀ, ਕਿ ਜਦੋਂ ਸ਼ਬਦ ਦੀ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਹਰ ਗੁਰਮੁਖੋ ਪਿਆਰਿਓ।